ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਸਵਾਗਤ ਕਰਦੇ ਹੋਏ ਲਓ ਫਿਰ ਮੇਰੇ ਨਾਲ ਅਮਨ ਜੀ ਹਾਜ਼ਰ ਨੇ। ਉਸ ਤੋਂ ਪਹਿਲਾਂ ਕਿ ਅਮਨ ਜੀ ਨਾਲ ਗੱਲਬਾਤ ਕਰੀਏ, ਅਸੀਂ ਅੱਜ ਵੱਖਰਾ ਕਰਾਂਗੇ, ਇਨ ਬੀਟਵੀਨ ਛੋਟੀ ਜਿਹੀ ਇੱਕ ਬ੍ਰੇਕ ਲਵਾਂਗੇ ਅਤੇ ਨਾਲ ਤੁਹਾਨੂੰ ਹਿੰਦੀ ਸਮਾਚਾਰ ਵੀ ਸੁਣਾਵਾਂਗੇ ਅਤੇ ਫਿਰ ਅਮਨ ਜੀ ਦੇ ਨਾਲ ਕਿਸੇ ਵੇਲੇ ਕੋਈ ਗੱਲਬਾਤ ਰਹਿ ਜਾਂਦੀ ਹੈ ਤਾਂ ਆਪਾਂ ਓਵਰ ਟਾਈਮ ਵੀ ਲਾਵਾਂਗੇ। ਅਮਨ ਜੀ ਵੈਲਕਮ, ਗੁੱਡ ਮਾਰਨਿੰਗ, ਤੁਹਾਡੇ ਗੁੱਡ ਈਵਨਿੰਗ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸ਼ੁਕਰੀਆ ਸਾਰੇ ਸਰੋਤਿਆਂ ਦੇ, ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਵਾਲ ਕਰਨਾ ਹੋਵੇ ਦੋਸਤੋ 905-813-1320 ਘਰ ਦੇ ਵਿੱਚ ਰਸੋਈ 'ਚ ਭਾਂਡੇ ਖੜਕਣ ਨਾ ਥੋੜ੍ਹੇ ਬਹੁਤੇ ਤਾਂ ਉਹਨਾਂ ਦੀ ਜਿਹੜੀ ਖੜਾਕ ਹੈ ਨਾ ਉਹਨਾਂ ਦਾ ਚੰਗਾ ਲੱਗਦਾ ਕੰਨਾਂ ਨੂੰ। ਹਾਂਜੀ, ਉਹ ਛਣਕਾਟਾ ਪੈਂਦਾ ਗਲੀ ਗਲੀ, ਪੰਜੇਬ ਜਿਹੜੀ ਹੈ ਉਹ ਛਣਕਦੀ ਚੰਗੀ ਲੱਗਦੀ ਹੈ। ਅਤੇ ਕਾਂਗਰਸ ਦੀ ਜਿਹੜੀ ਪੰਜੇਬ ਹੈ ਉਹ ਕਲੇਸ਼ ਜਿਹੜੀ ਹੈ ਹੁਣ ਵਰਲਡ ਵਾਈਡ ਜਿਹੜੀ ਹੈ ਉਹ ਇਹਨਾਂ ਦਾ ਘਰ ਪੰਜਾਬ ਵਾਲਾ ਢਹਿੰਦਾ ਜਿਹਾ ਨਜ਼ਰ ਆ ਰਿਹਾ। ਮੈਂ ਪੜ੍ਹ ਰਿਹਾ ਸੀ ਇੱਕ ਪੋਸਟ, ਘਰ ਨਾ ਢਹਿਣ ਦਿਓ ਲੋਕ ਇੱਟਾਂ ਚੱਕ ਕੇ ਲੈ ਜਾਂਦੇ। ਜਾਖੜ ਕਹਿੰਦਾ ਅਸਤੀਫਾ ਦੇ ਦਿੰਦਾ, ਬੜਾ ਵੱਡਾ ਕੰਮ ਆ, ਬੜਾ ਵੱਡਾ ਬਿਆਨ ਆ। ਕੈਪਟਨ ਵਰਸਿਸ ਸਿੱਧੂ ਪੋਸਟ ਵਾਂਗ ਜਿਹੜੀ ਵਾਰ ਹੈ ਉਹ ਪਿੰਡਾਂ ਦੇ ਵਿੱਚ ਪੁੱਜ ਚੁੱਕੀ ਹੈ। ਸਭ ਸਹੀ ਜਿਹਾ ਨਹੀਂ ਲੱਗਦਾ, ਕੋਈ ਬੇਵਸ ਲੱਗਦੀ ਹੈ। ਮੈਨੂੰ ਲੱਗਦਾ ਕਿ ਜਿਹੜੀ ਇਹਨਾਂ ਦੀ ਹਾਈ ਕਮਾਂਡ ਕੁਝ ਫੈਸਲਾ ਲੈ ਰਹੀ ਨਹੀਂ, ਕਿਉਂਕਿ ਦੋਵੇਂ ਹੀ ਅੱਖੜ ਨੇ, ਦੋਵੇਂ ਪਟਿਆਲੇ ਤੋਂ ਨੇ। ਧਿਰ ਜਿਹੜੀ ਹੈ ਪਹਿਲਾਂ ਹੀ ਕਾਂਗਰਸ ਦੇ ਵਿੱਚ ਤਾਂ ਸ਼ੁਰੂ ਤੋਂ ਹੀ ਚੱਲੀ ਆ ਰਹੀ ਹੈ, ਪਰ ਇਸ ਵਕਤ ਕੁਝ ਲੱਗਦਾ ਜ਼ਿਆਦਾ ਹੀ ਪੰਜੇ ਫਸੇ ਹੋਏ ਨੇ। ਹਾਂਜੀ, ਜਿਹੜੀ 3 ਮੈਂਬਰੀ ਦਿਲਬਾਗ ਦੀ ਕਮੇਟੀ ਬਣਾਈ ਹਾਈ ਕਮਾਂਡ ਨੇ, ਉਹਨਾਂ ਨੇ ਆਪਣੀ ਰਿਪੋਰਟ ਦੇ ਦਿੱਤੀ ਹੋਈ ਆ ਕੱਲ ਹੀ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਹੋਰਾਂ ਨੂੰ, ਤੇ ਉਮੀਦ ਕੀਤੀ ਜਾ ਰਹੀ ਹੈ ਕਿ 1-2 ਦਿਨ ਦੇ ਵਿੱਚ ਵਿੱਚ ਕੋਈ ਫੈਸਲਾ ਹਾਈ ਕਮਾਂਡ ਦੇ ਦੇਗੀ ਪੰਜਾਬ ਦੇ ਕਾਂਗਰਸੀਆਂ ਨੂੰ ਧੁਕਾਉਣ ਵਾਸਤੇ। ਰਿਪੋਰਟ ਦੇ ਵਿੱਚ ਇਹ ਗੱਲ ਰੱਖੀ ਗਈ ਆ ਕਿ ਸਾਰੇ ਜਿਹੜੇ ਨਾਰਾਜ਼ ਚੱਲ ਰਹੇ ਆ ਉਹਨਾਂ ਨੂੰ ਕੁਝ ਨਾ ਕੁਝ ਦਿੱਤਾ ਜਾਵੇ ਕਿ ਜਿਹੜੀ ਨਾਰਾਜ਼ਗੀ ਹੋਰ ਨਾ ਵਧੇ। ਉਹਦੇ 'ਚ ਇਹ ਵੀ ਚਰਚਾ ਹੋ ਰਹੀ ਆ ਕਿ ਸਿੱਧੂ ਨੂੰ ਉਪ ਮੁੱਖ ਮੰਤਰੀ ਵੀ ਬਣਾਇਆ ਜਾ ਸਕਦਾ, ਇਹ ਵੀ ਚਰਚਾ ਹੋ ਰਹੀ ਆ ਕਿ ਦਲਿਤ ਭਾਈਚਾਰਾ ਵੀ ਨਾਰਾਜ਼ ਆ, ਜਿਹੜੇ ਪਾਰਟੀ ਦੇ ਦਲਿਤ ਆਗੂ ਨੇ ਉਹ ਵੀ ਰੋਸਾ ਜ਼ਾਹਰ ਕਰ ਰਹੇ ਆ ਕਿ ਸਾਨੂੰ ਕੋਈ ਖਾਸ ਅਹੁਦਾ ਨਹੀਂ ਦਿੱਤਾ ਗਿਆ, ਉਹਨਾਂ ਨੂੰ ਵੀ ਕੋਈ ਵੱਡਾ ਅਹੁਦਾ ਦਿੱਤਾ ਜਾ ਸਕਦਾ, ਮੰਤਰੀ ਮੰਡਲ 'ਚ ਵੀ ਸ਼ਾਮਿਲ ਕੀਤਾ ਜਾ ਸਕਦਾ। ਸਿੱਧੂ ਬਾਰੇ ਵੀ ਚਰਚਾ ਹੋਈ ਆ ਕਿ ਜਿਹੜੀ ਕੰਪੇਨ ਕਮੇਟੀ ਬਣਾਈ ਜਾਏਗੀ ਹੋ ਸਕਦਾ ਉਹਨੂੰ ਪ੍ਰਧਾਨ ਵੀ ਲਾਇਆ ਜਾਵੇ। ਇਹ ਸਿਰਫ ਚਰਚਾਵਾਂ ਨੇ, ਇਹਦਾ ਕੋਈ ਇਹਦੇ 'ਚ ਕੋਈ ਉਹ ਨਹੀਂ ਕਹਿ ਸਕਦੇ ਕਿ ਸੱਚਾਈ ਨਹੀਂ ਕਹਿ ਸਕਦੇ, ਇਹ ਸਿਰਫ ਕਿਆਸ ਰਾਈਆਂ ਹੁੰਦੀਆਂ ਨੇ। ਇਹਦੇ 'ਚੋਂ ਕੋਈ ਸਹੀ ਵੀ ਹੋ ਸਕਦੀ ਹੈ ਸਾਰੀਆਂ ਦੀਆਂ ਸਾਰੀਆਂ, ਇਹ ਗਲਤ ਵੀ ਹੋ ਸਕਦੀਆਂ। ਇਹ ਫੈਸਲਾ ਉਡੀਕਿਆ ਜਾ ਰਿਹਾ, ਵਿਰੋਧੀ ਧਿਰਾਂ ਨੂੰ ਮੌਕਾ ਮਿਲ ਗਿਆ ਹੋਇਆ ਕਿ ਕਾਂਗਰਸ ਦੇ ਜਿਹੜੇ ਆਪਸ ਦੇ ਵਿੱਚ ਭਾਂਡੇ ਬੜੇ ਜ਼ੋਰ ਨਾਲ ਹੌਲੀ ਹੌਲੀ ਖੜਕਣ ਤੇ ਆਂਢ ਗੁਆਂਢ ਵੀ ਸਵਾਦ ਜਿਹਾ ਲੈਂਦਾ ਹੁੰਦਾ, ਪਰ ਇਹ ਤੇ ਬੜੀ ਜ਼ੋਰ ਨਾਲ ਇੱਕ ਦੂਜੇ ਦੇ ਸਿਰਾਂ 'ਚ ਮਾਰ ਕੇ ਗਲੀਆਂ ਕਰਨ ਤੱਕ ਪਹੁੰਚੇ ਹੋਏ ਨੇ, ਜੋ ਹਾਲਤ ਪੰਜਾਬ ਕਾਂਗਰਸ ਦੀ ਬਣ ਚੁੱਕੀ ਹੋਈ ਹੈ। ਵਿਰੋਧੀ ਧਿਰਾਂ ਵੀ ਤਿੱਖੀਆਂ ਟਿੱਪਣੀਆਂ ਕਰ ਰਹੀਆਂ ਨੇ। ਬੀਬੀ ਹਰਸਿਮਰਤ ਕੌਰ ਬਾਦਲ ਨੇ ਤਾਂ ਅੱਜ ਟਵੀਟ ਕਰਕੇ ਕਹਿ ਦਿੱਤਾ ਕਿ ਮਹਾਨ ਕਾਂਗਰਸ ਸਰਕਸ, ਇਹਦੇ ਸਰਕਸ ਚੱਲ ਰਹੀ ਆ। ਹਾਲਾਂਕਿ ਉਹਨਾਂ ਨੇ ਭ੍ਰਿਸ਼ਟਾਚਾਰ ਦੇ ਮੁੱਦੇ ਉੱਤੇ ਟਿੱਪਣੀ ਕੀਤੀ ਸੀ, ਪਰ ਉਹ ਕਾਂਗਰਸ ਦੇ ਜਿਹੜਾ ਕਾਟੋ ਕਲੇਸ਼ ਚੱਲ ਰਿਹਾ ਉਹਦੇ ਨਾਲ ਵੀ ਜੋੜ ਕੇ ਇਹ ਗੱਲ ਕੀਤੀ ਜਾ ਰਹੀ ਹੈ। ਜਦੋਂ ਪੱਤਰਕਾਰਾਂ ਨੇ ਅੱਜ ਸਵਾਲ ਕੀਤਾ ਸੁਨੀਲ ਜਾਖੜ ਹੋਰਾਂ ਨੂੰ ਕਿ ਜੋ ਚੱਲ ਰਿਹਾ ਉਹਦੇ ਵਿੱਚ ਚਰਚਾ ਹੋ ਰਹੀ ਆ ਕਿ ਪਾਰਟੀ ਦਾ ਪ੍ਰਧਾਨ ਪੰਜਾਬ ਦੇ ਵਿੱਚ ਬਦਲਿਆ ਜਾ ਸਕਦਾ, ਤੁਹਾਡੇ ਨਾਲ ਕੁਝ ਆਗੂ ਨਾਰਾਜ਼ ਨੇ, ਤੇ ਜਾਖੜ ਹੋਰਾਂ ਨੇ ਕਿਹਾ ਕਿ ਜੇ ਮੇਰੇ ਅਸਤੀਫਾ ਦੇਣ ਨਾਲ ਪਾਰਟੀ ਦਾ ਕੁਛ ਚੰਗਾ ਹੁੰਦਾ ਤੇ ਫਿਰ ਭਾਈ ਮੈਂ ਅਸਤੀਫਾ ਦੇ ਦਿੰਦਾ। ਪਾਰਟੀ ਚੱਲਦੀ ਰਹਿਣੀ ਚਾਹੀਦੀ ਆ, ਪਾਰਟੀ ਦਾ ਕੰਮ ਚੰਗਾ ਹੋਣਾ ਚਾਹੀਦਾ, ਲੋਕਾਂ ਦੇ ਦਿਲਾਂ ਦੇ ਵਿੱਚ ਅਸੀਂ ਜਿਸ ਤਰ੍ਹਾਂ ਥਾਂ ਬਣਾਈ ਹੋਈ ਆ ਉਹ ਉਸੇ ਤਰ੍ਹਾਂ ਬਰਕਰਾਰ ਰਹਿਣੀ ਚਾਹੀਦੀ ਆ। ਮੇਰੇ ਲਾਂਭੇ ਹੋਣ ਨਾਲ ਜੇ ਕੋਈ ਸੰਵਰਦਾ ਸੁਧਰਦਾ ਤੇ ਮੈਂ ਲਾਂਭੇ ਹੋ ਜਾਣਾ, ਇਹੋ ਜਿਹੀਆਂ ਗੱਲਾਂ ਉਹਨਾਂ ਨੇ ਕੀਤੀਆਂ ਨੇ। ਤੇ ਕੁੱਲ ਮਿਲਾ ਕੇ ਜੋ ਕੁਝ ਵੀ ਚੱਲ ਰਿਹਾ ਉਹ ਪੰਜਾਬ ਕਾਂਗਰਸ ਦੇ ਵਿੱਚ ਸਹੀ ਨਹੀਂ ਚੱਲ ਰਿਹਾ। ਆਮ ਆਦਮੀ ਪਾਰਟੀ ਦੇ ਖਿਲਾਫ਼ ਵੀ ਕੁੱਝ ਲੋਕਾਂ ਨੇ ਵਿਰੋਧਤਾ ਕਰਨੀ ਸ਼ੁਰੂ ਕੀਤੀ ਆ, ਰੋਸ ਪ੍ਰਦਰਸ਼ਨ ਹੋਏ। ਪਿਛਲੇ ਦਿਨੀ ਮਜ਼ਦੂਰ ਸੰਗਠਨਾਂ ਨੇ ਮੀਤ ਹੇਅਰ ਦੀ ਕੋਠੀ ਦਾ ਘਿਰਾਓ ਕੀਤਾ। ਅੱਜ ਅਮਨ ਅਰੋੜਾ ਦੇ ਹਲਕੇ 'ਚੋਂ ਖ਼ਬਰਾਂ ਆ ਰਹੀਆਂ ਕਿ ਉੱਥੇ ਕਾਲੀਆਂ ਝੰਡੀਆਂ ਲੈ ਕੇ ਉਹਨਾਂ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਹੋਰ ਵੀ ਬਹੁਤ ਛੁੱਟ ਭੱਜ ਉਸ ਪਾਰਟੀ ਦੇ ਅੰਦਰ ਵੀ, ਜੋ ਇੱਕ ਉਮੀਦ ਕੀਤੀ ਜਾ ਰਹੀ ਸੀ ਕਿ ਚੋਣ ਬੜਾ ਚੱਲ ਰਿਹਾ ਮੁੱਖ ਵਿਰੋਧੀ ਧਿਰਾਂ, ਉਹ ਆਪਣੇ ਹੀ ਆਗੂਆਂ ਨੂੰ, ਹੁਣ ਤੇ ਗਿਣਤੀ ਵੀ ਘੱਟ ਗਈ ਹੋਈ ਆ, 20 ਗਿਣਤੀ ਸੀ ਹੁਣ ਤੇ ਉਹ ਵੀ ਘੱਟ ਗਈ ਹੋਈ ਆ, ਉਹਨਾਂ ਨੂੰ ਨਾਲ ਨਹੀਂ ਜੋੜ ਕੇ ਰੱਖ ਸਕੇ। ਇਹਦਾ ਸਾਰੇ ਦਾ ਸਾਰਾ ਫਾਇਦਾ ਕਿ ਆਮ ਆਦਮੀ ਪਾਰਟੀ ਨੂੰ ਜੋ ਡੈਮੇਜ ਹੋਇਆ ਤੇ ਕਾਂਗਰਸ ਦੇ ਵਿੱਚ ਜੋ ਕਲੇਸ਼ ਚੱਲ ਰਿਹਾ ਉਹਦਾ ਸਾਰੇ ਦਾ ਸਾਰਾ ਫਾਇਦਾ ਜਿਹੜਾ ਉਹ ਕਿਹੜੀ ਧਿਰ ਨੂੰ ਹੋ ਰਿਹਾ, ਇਹ ਬਿਲਕੁਲ ਸਾਫ਼ ਲਿਖਿਆ ਦਿਖ ਰਿਹਾ। ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਅਮਨ ਅਰੋੜਾ ਹੈ, ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਹੀ? ਬਿਲਕੁਲ ਨਹੀਂ ਨਿਭਾ ਰਹੇ, ਬਿਲਕੁਲ। ਜਦੋਂ ਸੁਖਪਾਲ ਖਹਿਰਾ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ,
कि जदों सुखपाल खेरा होरां नूं विरोधी धिर दा आगू बनाया गया सी उदों उन्हां ने जिस तरह पंजाब दे मुद्दे चुके सी अज उही उन्हां दे सवाल उन्हां दे बयान लैके ही उन्हां ते कटाक्ष हो रहे उन्हां नूं पिछे सवाल कीते जा रहे पर उन्हां ने सचमुच विरोधी धिर दा लीडर होण दा उन्हां ने बहुत सोहना रोल निभाया सी। डेफिनेटली कोई दोरावा नहीं, उन्होंने दिलों मुद्दे चुके सी, दिलों बारे सी, खुल के बोले सी, चाहे वह रूसा आलम बारे बयान सी जां कुछ भी सीगा। एक बार उन्हें खड़का दिता सी पर उन्होंने यह नहीं पता कि लाला जी की कुछ सोचनी होर है, हाथी के दंद खाने कुछ होर है, बखाने कुछ होर है, तो उन्होंने की करना की नहीं करना, उन्होंने वह बंदा लाना। एक तो तारा कितों होर ही हिलदियां ने, लाला जी दारा भी कितों होर हिलदियां ने, तो लीडर दारा कितों होर ही हिलदियां ने कि इस बार किनू लैके आना वो पूरा तय है, किमें गेम खेडनी है, किमें शतरंज की बारी चलनी है, किमें मतलब पैदे चलने ने, घोड़ा चलना, राणी नूं किवें बचाउणा, ये सारा कुछ तुसीं शतरंज समझो कि सुखपाल खहरा जे सानूं लीडर किहो जिहा चाहीदा जी, बोलण वाला जिहड़ा बोलूगा उही ठुकूगा। हाँ जी, पंजाब दा रखवाला बोलिया जांदा सीगा, पंजाब दे हक्कां लई बोलदा सीगा, जगमीत बराड़ किवें नुकरे लाया, चाहे बीर दविंदर नूं जो मर्जी लै लो, बीर दविंदर शुरू तो बोलिया संतां दे खिलाफ भी बोलिया भी मैं संतां को जाऊँगा जी मैनू वह कर दो, बड़ा लेखक भी वधिया किवें नुकरे लगा, वडाला साहब बोलते सी किवें नुकरे लगे, हाँ जी टौड़ा साहब कोई करना चाहते सी किवें नुकरे लगे, हाँ जी होर किन्ने लीडर गड़ाइए तो जिहड़ा कुछ लैके आना चाहते सी पंजाब लई, चाहे वह भाजपा दे विच भी ने किवें ठुके ने वह। अमन अरोड़ा नहीं दिखाई दे रहा, तुसी हुणे खबरां आउंदी कालियां झंडियां, मैनूं तां लगदा सुखपाल खहरे वाला कितें दा पेचा खेडण लड़ा। खबरां जो आईयां उहदे विच इही कहा गया कि उह अपने किसे परिवारक कारणां करके उह सुनाम हलके तो बाहर ने, इह वी खबरां आ रहीयां ने कि उह विदेश गए हुए ने दो महीनियां तो, उह अपने इलाके दे विच बिलकुल भी नहीं दिसे। अच्छा। विच जे उहनां दी माड़ी मोटी सरगर्मी जां कोई ना कोई बयान उहनां दा आउंदा सी, पर जो पार्टी दी हालत बणी हुई आ, एक गल होर दरबार दी, सारियां पार्टियां दी हालत जे आपां देखिए कि हुण विचारधारक तौर दे उत्ते तां लोक जां लीडर वर्कर जिहड़े आ उह किसे पार्टी नाल नहीं जुड़दे, उह एक व्यक्ति विशेष दे पिछे लगदे ने। जिवें नवजोत सिंह सिद्धू होरां दी गल लै लो, अज नवजोत सिंह सिद्धू होरां ने कांग्रेस दे विच, उस कांग्रेस दे विच अपनी इन्नी पैंठ बना ली हुई आ कि कैप्टन वर्सेस सिद्धू पोस्टर लग रहे आ। बिल्कुल इही नवजोत सिंह सिद्धू जिहड़ा कांग्रेस नूं मुन्नी बदनाम, राहुल गांधी नूं पप्पू, इहो जे शब्दां नाल इह संबोधित करदा सी। बिल्कुल इहदा मतलब कि पार्टी विचारधारा तां कोई गल नहीं, जिहड़े लोक नवजोत सिंह सिद्धू दे मगर जुड़े, अज नवजोत सिंह सिद्धू दा कांग्रेसी काडर जिहड़ा साथ दे रहा, इहदा मतलब कि पार्टी विचारधारा तां उहनां लई कोई मायने नहीं रखदी, उहनां लई सिर्फ इक चेहरा मायने रखदा नवजोत सिंह सिद्धू। जी अमन जी, आपां गल करांगे पंजाब भाजपा कमसान दी, परंतु मैनूं सवाल राती आया सी कि जरूर करियो जी, एक तां सरसे वाला बलात्कारी साथ असी तां कह रहे क्योंकि उन्हें सज़ा बलात्कार करन दे मौके उत्ते ही मिली है भाजपा पंजाब दा कमसान बाद दे विच, आ जिहड़ा कमसान है उहदी गल करनी बनती है कि हुण मतलब बाबे नूं जेल भेज दिता गया, बाबा कादा बाबे दे नां दे ते बदनामी आ, जिहड़ा है सरसे वाला साह दे नूं बलात्कारी नूं वापस भेज दिता गया, जे इहनूं प्रॉब्लम सी ते ओपरेशन करके भेज दे, जिहड़ी पैनक्रियाज फेल हो गई तो पंजां मिंटां च बंदे दा बुरा हाल कर दिंदी, और तड़फा तड़फा के बंदे नूं कहदियां मुद्दियां जिहड़ियां ने गेड़ियां पा दिंदी, जे वाकई इहनूं उह प्रॉब्लम शुरू हो रही है तो फिर इहदा इलाज कीता जाणा चाहीदा सी। हुण उहनूं पॉजिटिव नैगेटिव, हाँ जी उहदी धी राणी दा जिहड़ा है देखभाल वाला आई डी कार्ड कैंसल करना, जेल भेज देना वापस, और इहदा धी राणी दा जिहड़ा पति है उह सामने आ जांदा है जी, की कहना चाहोगे? सियासत दी दरबार दी सारे दे सारे मसले पिछे जदों पहला रिपोर्ट आई कि पॉजिटिव पाया गया, अगले दिन रिपोर्ट आई कि नेगेटिव पाया गया, मैदानता हस्पताल दे विच फिर भी उन्हें दाखिल भी किया गया, हनीप्रीत नूं अटेंडेंट का कार्ड बना के दिता गया, उदों पत्रकारां ने हरियाणा के मुख्यमंत्री मनोहर लाल खट्टर होरां नूं इस मामले च सवाल किए सी कि वह एक बलात्कार का कतल का दोषी आ, ਕਿੰਨਾ ਵੱਡਾ ਉਹਨੇ ਸਾਰੇ ਕਿੰਨਾ ਵੱਡਾ ਉਹਨੇ ਇੱਕ ਇਹੋ ਜਿਹਾ ਢਾਂਚਾ ਬਣਾਇਆ ਹੋਇਆ ਜਿਹਦੇ ਵਿੱਚ ਅਪਰਾਧਾਂ ਦੀ ਸ਼ਾਇਦ ਹੀ ਕੋਈ ਕਮੀ ਰਹਿ ਗਈ ਹੋਵੇ ਕਿ ਕੋਈ ਅਪਰਾਧ ਉੱਥੇ ਨਾ ਹੋਇਆ ਹੋਵੇ, ਸ਼ਾਇਦ ਹੀ ਕੋਈ ਇਹੋ ਜਿਹੀ ਗੱਲ ਰਹੀ ਹੋਵੇ, ਤੇ ਉਸ ਬੰਦੇ ਨੂੰ ਤੁਸੀਂ VIP ਟ੍ਰੀਟਮੈਂਟ ਕਿਉਂ ਦੇ ਰਹੇ? ਕੋਈ ਜਵਾਬ ਨਹੀਂ ਸੀ ਮਨੋਹਰ ਲਾਲ ਖੱਟਰ ਹੋਰਾਂ ਨੇ, ਕੋਈ ਜਵਾਬ ਨਹੀਂ ਦਿੱਤਾ, ਪੂਰੀ ਦੀ ਪੂਰੀ ਸਰਕਾਰ ਉੱਤੇ ਸਵਾਲ ਉੱਠ ਰਹੇ ਸੀ। ਇਹ ਮਾਮਲਾ ਹਾਈਕੋਰਟ ਤੱਕ ਵੀ ਗਿਆ ਕਿ ਇੱਕ ਏਡੇ ਵੱਡੇ ਅਪਰਾਧੀ ਨੂੰ ਇਸ ਤਰ੍ਹਾਂ ਟ੍ਰੀਟਮੈਂਟ ਕਿਉਂ ਦਿੱਤੀ ਜਾ ਰਹੀ ਆ, ਕਿ ਕਿੰਨੀ ਵਾਰੀ 36 ਵਾਰੀ ਉਹ ਬਾਹਰ ਆ ਗਿਆ ਬਿਮਾਰੀ, ਕਦੇ ਮਾਂ ਦੀ ਬਿਮਾਰੀ ਦਾ ਬਹਾਨਾ ਬਣਾ ਕੇ, ਕਦੇ ਆਪਣੀ ਬਿਮਾਰੀ ਦਾ ਬਹਾਨਾ ਬਣਾ ਕੇ, ਕੋਈ ਹੋਰ ਕੈਦੀ ਇਸ ਤਰ੍ਹਾਂ ਆ ਰਿਹਾ? ਇੱਕ ਆਮ ਸਧਾਰਨ ਕੈਦੀ ਜੇ ਉਹਨੂੰ ਕੋਈ ਬਿਮਾਰੀ ਵੀ ਆ,
ਉਹਨੂੰ ਕੀ ਇੰਨੀ ਵਧੀਆ ਟ੍ਰੀਟਮੈਂਟ ਦਿੱਤੀ ਜਾਂਦੀ ਹੈ? ਇਹ ਸਵਾਲ ਹੋ ਰਹੇ ਸੀ ਬਹੁਤ ਕੁਝ, ਕਿਉਂਕਿ ਹੁਣ ਦੇਖੋ ਚੋਣਾਂ ਆਉਣ ਵਾਲੀਆਂ ਨੇ, ਸਰਗਰਮੀ ਚੱਲ ਰਹੀ ਆ ਵੱਖ ਵੱਖ ਸੂਬਿਆਂ ਦੇ ਵਿੱਚ, ਇਹ ਸਾਰੀ ਦੀ ਸਾਰੀ ਚੀਜ਼ ਨੂੰ ਉਹਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਸੀ, ਪਰ ਜਦੋਂ ਆਲੋਚਨਾ ਸਿਖਰ ਤੱਕ ਪਹੁੰਚ ਗਈ ਤੇ ਫਿਰ ਇਹ ਸ਼ਾਇਦ ਫੈਸਲਾ ਲੈਣਾ ਪਿਆ ਹੋਏਗਾ ਪ੍ਰਸ਼ਾਸਨ ਨੂੰ ਜਾਂ ਸਰਕਾਰ ਨੂੰ ਜਾਂ ਜਿਹੜੀਆਂ ਵੀ ਤਰ੍ਹਾਂ ਇਹ ਸਾਰਾ ਕੁਛ ਸਾਰਾ ਕਾਰਵਾਈ ਚਲਾਉਂਦੀਆਂ ਨੇ, ਉਹਨਾਂ ਨੂੰ ਫਿਰ ਫੈਸਲਾ ਲੈਣਾ ਪਿਆ ਹੋਏਗਾ ਕਿ ਹੋਰ ਵਿਵਾਦ ਨਾ ਵਧੇ, ਹੋਰ ਤਿੱਖੀ ਆਲੋਚਨਾ ਨਾ ਹੋਵੇ, ਇਹਨੂੰ ਵਾਪਸ ਜੇਲ੍ਹ ਭੇਜ ਦਿਓ। ਉਹ ਗੱਲ ਬਾਕੀ ਸਹੀ ਹੈ ਕਿ ਜੇ ਉਹ ਇੰਨਾ ਹੀ ਗੰਭੀਰ ਬਿਮਾਰ ਆ ਤੇ ਫਿਰ ਉਹਦਾ ਆਪਰੇਸ਼ਨ ਕਰਾਓ ਜਾਂ ਉਹਦੀ ਟ੍ਰੀਟਮੈਂਟ ਕਰਾਓ, ਉਹਦੀ ਮੈਡੀਕਲ ਰਿਪੋਰਟ ਜਨਤਕ ਕਰੋ, ਮੀਡੀਆ ਚ ਬਾਕੀ ਵੀ ਤਾਂ ਗੱਲਾਂ ਤੁਸੀਂ ਦੱਸ ਹੀ ਰਹੇ ਆ ਨਾ। ਤੁਸੀਂ ਇੱਥੋਂ ਤੱਕ ਦੱਸ ਰਹੇ ਆ ਕਿ ਮੈਦਾਨਤਾ ਹੋਸਪਿਟਲ ਦੀ ਫਲਾਣੀ ਮੰਜ਼ਿਲ ਤੇ ਫਲਾਣੇ ਨੰਬਰ ਕਮਰਾ ਦੇ ਵਿੱਚ ਉਹਨੂੰ ਰੱਖਿਆ ਗਿਆ, ਫਿਰ ਉਹਦੀ ਮੈਡੀਕਲ ਰਿਪੋਰਟ ਵੀ ਜਨਤਕ ਕਰ ਦਿਓ ਕਿ ਭਾਈ ਇਹਨੂੰ ਆਹ ਬਿਮਾਰੀ ਹੈ, ਇਸ ਕਰਕੇ ਇਹਨੂੰ ਹਸਪਤਾਲ ਦੇ ਵਿੱਚ ਵਾਰ ਵਾਰ ਲਿਆਉਣਾ ਪੈ ਰਿਹਾ। ਕਦੀ ਪੇਟ ਦਰਦ ਦੀ ਗੱਲ ਕੀਤੀ ਜਾਂਦੀ ਹੈ, ਕਦੀ ਉਹਦੇ ਬਲੱਡ ਪ੍ਰੈਸ਼ਰ ਦੀ ਗੱਲ ਕੀਤੀ ਜਾਂਦੀ ਹੈ, ਕਦੀ ਉਹਨੂੰ ਸ਼ੂਗਰ ਦਾ ਮਰੀਜ਼ ਦੱਸਿਆ ਜਾਂਦਾ, ਇਹੋ ਜਿਹੀਆਂ ਗੱਲਾਂ ਵਾਰ ਵਾਰ ਕੀਤੀਆਂ ਜਾ ਰਹੀਆਂ ਨੇ ਤੇ ਪੂਰੀ ਦੀ ਪੂਰੀ ਸਿਆਸਤ ਇਸ ਦੇ ਪਿੱਛੇ ਆ, ਇਹਦੇ ਚ ਕੋਈ ਦੋ ਰਾਏ ਨਹੀਂ। ਭਾਜਪਾ ਕਮਸਾਨ, ਹਾਂਜੀ ਤਾਜ ਦੀ ਧੀ ਚੱਲੀ ਤੇ ਮੈਂ ਕਿਉਂ ਰਹਾਂ ਖਲੀ, ਜੇ ਕਾਂਗਰਸ ਦਾ ਕਮਸਾਨ ਹੈ ਤੇ ਭਾਜਪਾ ਚ ਵੀ ਕਮਸਾਨ ਹੈ। ਜੋਸ਼ੀ ਸਾਹਿਬ ਪੂਰੇ ਗਰਜ ਗਰਜ ਕੇ ਬੋਲ ਰਹੇ ਨੇ, ਕੀ ਕਹਿਣਾ ਚਾਹੋਗੇ? ਜੀ ਬਿਲਕੁਲ, ਅਨਿਲ ਜੋਸ਼ੀ ਹੋਰਾਂ ਨੇ ਤਾਂ 2 ਹਫ਼ਤੇ ਦਾ ਟਾਈਮ ਦੇ ਦਿੱਤਾ ਕਿ ਭਾਈ 2 ਹਫ਼ਤਿਆਂ ਦੇ ਵਿੱਚ ਵਿੱਚ ਆਪਣੀ ਲੀਡਰਸ਼ਿਪ ਨੂੰ ਕਿਹਾ ਕਿ ਜੋ ਸਿਚੁਏਸ਼ਨ ਬਣੀ ਹੋਈ ਆ ਖੇਤੀ ਕਾਨੂੰਨਾਂ ਨੂੰ ਲੈ ਕੇ, ਕਿਸਾਨੀ ਅੰਦੋਲਨ ਨੂੰ ਲੈ ਕੇ, ਉਹ 2 ਹਫ਼ਤਿਆਂ ਦੇ ਵਿੱਚ ਵਿੱਚ ਆਪਣਾ ਸਟੈਂਡ ਕਲੀਅਰ ਕਰ ਦਿਓ, ਆਪਣੀ ਸਥਿਤੀ ਸਪਸ਼ਟ ਕਰ ਦਿਓ ਕਿ ਤੁਸੀਂ ਕੀ ਕਰਨਾ ਚਾਹੁੰਦੇ ਆ। ਨਹੀਂ ਤਾਂ ਚੋਣ ਵਧਾ ਚੱਲ ਰਿਹਾ, ਚੋਣਾਂ ਦੀ ਸਰਗਰਮੀ ਬਾਕੀ ਤਰ੍ਹਾਂ ਸ਼ੁਰੂ ਕਰ ਚੁੱਕੀਆਂ ਨੇ ਤੇ ਸਾਡੀ ਹਾਲਤ ਇਹ ਹੋਣੀ ਆ ਕਿ 117 ਸੀਟਾਂ ਦੇ ਉੱਤੇ ਤੁਸੀਂ ਇਕੱਲਿਆਂ ਲੜਨ ਦੀ ਗੱਲ ਕਰਦੇ ਹੋ, ਸਾਨੂੰ ਇੱਕ ਵੀ ਉਮੀਦਵਾਰ ਨਹੀਂ ਲੱਭਣਾ। ਅਨਿਲ ਜੋਸ਼ੀ ਹੋਰਾਂ ਨੇ ਇੰਨੇ ਤਿੱਖੇ ਸ਼ਬਦਾਵਲੀ ਉਹਨਾਂ ਨੇ ਵਰਤੀ ਆ, ਮਾਸਟਰ ਮੋਹਨ ਲਾਲ ਹੋਰੀ ਵੀ ਕਿਸਾਨੀ ਅੰਦੋਲਨ ਦੇ ਹੱਕ ਦੇ ਵਿੱਚ ਆਏ ਨੇ, ਕਿਸਾਨਾਂ ਦੇ ਹੱਕ ਦੇ ਵਿੱਚ ਆਏ ਨੇ ਤੇ ਇਹਦੇ ਤੋਂ ਬਾਅਦ ਜਦੋਂ ਇਹਨਾਂ ਵੱਡੇ ਆਗੂ ਜਿਹੜੇ ਰਹਿ ਚੁੱਕੇ ਆ ਇਹਨਾਂ ਨੇ ਜਦੋਂ ਇਹੋ ਜਿਹੇ ਤਿੱਖੇ ਬਿਆਨ ਦਿੱਤੇ ਤੇ ਬਾਕੀ ਜਿਹੜੇ ਨੇ ਹੁਣ ਜਿਹੜੇ ਲਾਈਮ ਲਾਈਟ ਦੇ ਵਿੱਚ ਨੇ ਅੱਜ ਕੱਲ੍ਹ ਭਾਜਪਾ ਦੇ ਆਗੂ, ਉਹਦੇ ਚ ਪ੍ਰਧਾਨ ਅਸ਼ਵਨੀ ਕੁਮਾਰ ਨੇ, ਹਰਜੀਤ ਗਰੇਵਾਲ ਜਿਹੜਾ ਕਿਸਾਨੀ ਅੰਦੋਲਨ ਤੋਂ ਬਾਅਦ, ਇਹਦਾ ਨਾਮ ਅਸੀਂ ਪਹਿਲਾਂ ਕਦੀ ਨਾਮ ਸੁਣਿਆ ਨਹੀਂ ਸੀ ਹੋਇਆ, ਪਰ ਕਿਸਾਨੀ ਅੰਦੋਲਨ ਤੋਂ ਬਾਅਦ ਇੱਕਦਮ ਇੱਕ ਵੱਡਾ ਚਿਹਰਾ ਭਾਜਪਾ ਦਾ ਉੱਭਰ ਕੇ ਪੰਜਾਬ 'ਚ ਸਾਹਮਣੇ ਆਉਂਦਾ, ਹਰਜੀਤ ਸਿੰਘ ਗਰੇਵਾਲ। ਵੱਡਾ ਬਣਾਇਆ ਕਿੰਨੇ? ਬਿਲਕੁਲ ਮੀਡੀਆ ਨੇ। ਉਹ ਜਿਹੜਾ ਮੀਡੀਆ, ਕੁਛ ਨਹੀਂ ਚਾਹੀਦਾ ਇੱਥੇ, ਸਾਡੇ 'ਤੇ ਰੂਲ ਐਂਡ ਰੈਗੂਲੇਸ਼ਨ ਲਾਗੂ ਨੇ, ਸਾਡੇ 'ਤੇ ਨਿਯਮ ਕੁਝ ਲਾਗੂ ਨੇ। ਮੈਂ ਜੋਲ ਸਾਹਿਬ, ਕੱਲ੍ਹ ਕਬੀਰ ਦਾ ਫੋਨ ਆਇਆ ਜੋਲ ਸਾਹਿਬ ਤੋਂ ਪਹਿਲਾਂ ਦੱਸਾਂ, ਕਹਿੰਦੇ ਵੀ ਤੁਸੀਂ 25 ਸਾਲ ਤੋਂ ਚੱਲੇ ਨੇ ਚਾਵਲਾ ਜੀ, ਇਹਦੇ ਵਿੱਚ ਕੀ ਖੱਟਿਆ? ਮੈਂ ਕਿਹਾ ਜੀ ਬਦਨਾਮੀ ਖੱਟੀ ਹੈ, ਪਟਾ ਖੁੱਪ ਹੋਇਆ ਨਹੀਂ ਗੱਲ ਦੇ ਵਿੱਚ, ਜੇ ਪਟਾ ਪਵਾ ਲੈਂਦੇ ਤਾਂ ਸ਼ਾਇਦ ਸਾਡੇ ਵੀ ਇੱਧਰ ਉਹ ਬੋਲਟਨ ਸ਼ੋਲਟਨ ਵਾਲੇ ਪਾਸੇ ਕੋਈ 2-4 ਫਾਰਮ ਹੁੰਦੇ 100-100, 200-200 ਕਿੱਲਿਆਂ ਦੇ, ਜੇ ਉਸ ਵਕਤ ਜੀ ਜਿਹੜੀ ਆਈ ਐਡ ਠੋਕੀ ਜਾਂਦੇ, ਹਾਂਜੀ ਵੀ ਲੋਕਾਂ ਦਾ ਨੁਕਸਾਨ ਨਾ ਹੋਵੇ, ਘਰ ਜਾ ਕੇ ਪੈਸੇ ਵਾਪਸ ਨਾ ਕਰਕੇ ਆਉਂਦੇ ਵੀ ਤੁਹਾਡਾ ਕੰਮ ਨਹੀਂ ਅਸੀਂ ਕਰ ਸਕਦੇ, ਅਸੀਂ ਗਾਲਾਂ ਨਹੀਂ ਖਾ ਸਕਦੇ। 25 ਵਰ੍ਹੇ ਪਹਿਲਾਂ ਦੀ ਮੈਂ ਗੱਲ ਕਰਦਾ, ਬੈਲ ਦੇ ਉੱਤੇ ਟੀ ਵੀ ਸ਼ੁਰੂ ਕੀਤਾ ਸੀ, ਇਕੱਲਾ ਹੀ 2 ਘੰਟੇ ਦਾ ਪ੍ਰੋਗਰਾਮ ਹੁੰਦਾ ਸੀ, ਇੱਕ ਵਾਰੀ ਐਡਵਰਟਾਈਜਮੈਂਟ ਦੇ $250 ਤੋਂ ਲੈਂਦੇ ਸੀ, 30 ਸੈਕਿੰਡ ਦੀ ਐਡਵਰਟਾਈਜਮੈਂਟ ਅਤੇ $250 ਰੇਟ ਸੀ, ਅਤੇ ਹੱਥ ਰਖਤ ਵੇਖਣ ਵਾਲਾ ਕਹਿੰਦਾ ਸੀਗਾ 5000 ਦਊਂਗਾ, ਮੇਰੇ ਕੋਲ ਪਰੂਫ ਆ, 5000 ਦਊਂਗਾ ਚੈੱਕ, ਇੱਕ ਵਾਰੀ ਹਫ਼ਤੇ 'ਚ ਤੂੰ ਸਿਰਫ ਬੋਲਿਆ ਹੀ ਕਰਨਾ, ਐਡ ਲਾਉਣੀ ਹੈ ਤੇਰੀ ਖੁਸ਼ੀ, ਨਹੀਂ ਬੋਲਣ ਲਾਉਣੀ ਖੁਸ਼ੀ, ਭਾਵੇਂ ਰੱਜ ਕੇ ਮੈਨੂੰ ਭਾਂਡ। ਮੈਂ ਕਿਹਾ ਮੈਂ ਇਹੋ ਜਿਹੀ ਲਾਂਤ ਦੀ ਕਮਾਈ ਨਹੀਂ ਲੈਣੀ, ਅੱਜ ਵੀ ਅਤੇ ਕੱਲ੍ਹ ਵੀ ਨੰਗਾ, ਬਹੁਤ ਕੁਝ ਹੋਰ ਨੇ। ਇਸ ਕਰਕੇ ਚਾਹੇ ਕਾਂਗਰਸੀ ਹੈ, ਚਾਹੇ ਅਕਾਲੀ ਹੈ, ਚਾਹੇ ਇੱਥੋਂ ਦੇ ਲਿਬਰਲ ਵਾਲੇ ਨੇ, ਚਾਹੇ ਕੰਜ਼ਰਵੇਟਿਵ ਨੇ, ਚਾਹੇ ਭਾਜਪਾ ਹੀ ਨੇ, ਸਾਰੇ ਤੋਂ ਪਿੱਛੋਂ ਆ ਕੇ ਗੋਲਡ ਮੈਡਲ ਲੈ ਕੇ ਸਰਕਾਰ ਦੇ ਉਹ ਮਹਾਰਾਣੀ ਵਾਲੇ ਫਟੇ ਪਵਾ ਗਏ, 200-200 ਸਫ਼ਿਆਂ ਦੀ ਅਖ਼ਬਾਰ ਕੱਢਣ ਵਾਲੇ, ਹੋਰ ਮੈਂ ਕੀ ਕਹਾਂ, ਪਿੱਛੋਂ ਆ ਕੇ ਘੰਟੇ ਘੰਟੇ ਦਾ ਪ੍ਰੋਗਰਾਮ ਕਰਨ ਵਾਲੇ, ਇੱਥਿਆਂ ਨੂੰ ਵੀ ਨਹੀਂ ਚੰਗਾ ਲੱਗਦਾ, ਉੱਥਿਆਂ ਨੂੰ ਵੀ ਚੰਗਾ ਨਹੀਂ ਲੱਗਦਾ, ਜਿਹੜਾ ਸੱਚ ਬੋਲਦਾ ਨਾ ਬੰਦਾ ਚੁੱਭਦਾ ਹੁੰਦਾ। ਪਰ ਅੱਜ ਦੇ ਜ਼ਮਾਨੇ ਦੇ ਬਾਰੇ ਜੋਲ ਸਾਹਿਬ ਦਾ ਵੀ ਮੇਰੇ ਖਿਆਲ 'ਚ ਦਰਦ ਸੁਣਾ ਹੀ ਦੇਵਾਂ, ਲਿਖਦੇ ਨੇ ਕਿ ਮੀਡੀਆ ਦੀ ਪਰਿਭਾਸ਼ਾ ਅੱਜ ਹੀ ਪਾਇਆ ਉਹਨਾਂ ਨੇ ਸਵੇਰੇ ਸਵੇਰੇ, ਚੰਗਾ ਮੀਡੀਆ ਉਹੀ ਕਹਾਏਗਾ ਜੋ ਗੱਲ ਸਾਡੀ ਪਸੰਦ ਦੀ ਕਰੇ। ਕਿਹਦੀ ਪਸੰਦ ਦੀ? ਉਹ ਤੁਸੀਂ ਸਮਝਦੇ ਹੋ, ਆਪਣੀਆਂ ਅੱਖਾਂ 'ਤੇ ਬੰਦ ਰੱਖ ਕੇ ਕੰਨ 'ਤੇ ਸਾਡੀ ਬੱਲੇ ਬੱਲੇ ਕਰਵਾਵੇ, ਇੱਦਾਂ ਪੱਖ ਪਖਤ ਕਰਦਿਆਂ ਉਹ ਮੀਡੀਆ ਗੱਲ ਭਾਵੇਂ ਸਹੀ ਅਤੇ ਨਿਰਪੱਖ ਨਾ ਵੀ ਕਰੇ, ਜੇ ਉਸ ਮੀਡੀਆ ਨੇ ਸਾਡੇ ਤੋਂ ਆਪਣੀਆਂ ਸਿਫਤਾਂ ਕਰਵਾਉਣੀਆਂ, ਸਰਕਾਰੀ ਵਗੈਰਾ ਨਹੀਂ ਕਹਾਉਣਾ, ਤਾਂ ਪਹਿਲੀ ਗੱਲ ਤਾਂ ਉਹ ਆਪਣੀ ਕੋਈ ਰਾਏ ਨਾ ਰੱਖੇ, ਜੇ ਰੱਖੇ ਤਾਂ ਟਿਕਾ ਕੇ ਸਾਡੇ ਵੱਲ ਦੀ ਗੱਲ ਕਰੇ, ਕਰੀ ਜਾਵੇ ਕਰੀ ਜਾਵੇ ਕਰੀ ਜਾਵੇ, ਬਸ ਸਾਵੀਂ ਗੱਲ ਕਰਨਾ ਉਸ ਦੇ ਕੰਮ ਦਾ ਹਿੱਸਾ ਕਦੇ ਵੀ ਨਾ ਹੋਵੇ। ਸੋ ਪਾਰਖੂ ਭਾਵੇਂ ਥੋੜ੍ਹੇ ਹੁੰਦੇ ਨੇ, ਥੋੜ੍ਹਿਆਂ ਦੀ ਜਿਹੜੀ ਕਦਰ ਹੁੰਦੀ ਆ ਨਾ, ਜਿਵੇਂ ਦਾਲ ਸਬਜ਼ੀ ਦੇ ਵਿੱਚ ਕਿਤੇ ਲੂਣ ਜ਼ਿਆਦਾ ਪੈ ਜਾਵੇ ਤਾਂ ਖਤਰਨਾਕ ਹੁੰਦਾ, ਜੰਗਲਾਂ ਦੇ ਵਿੱਚ ਸ਼ੇਰ ਘੱਟ ਹੁੰਦੇ ਨੇ, ਇਹ ਕੁਦਰਤ ਦੀ ਇੱਕ ਪ੍ਰਕਿਰਿਆ ਹੈ, ਜ਼ਿਆਦਾ ਸ਼ੇਰ ਹੋਣ ਤਾਂ ਤਬਾਹੀ ਮਚਾ ਦਿੰਦੇ ਨੇ।
ਸੋ ਇਹ ਗੱਲਾਂ ਵੀ ਬਣੀਆਂ ਨੇ ਨਾਲ। ਸੋ ਸੱਚ ਬੋਲਣ ਵਾਲੇ ਜ਼ਰੂਰਤ ਨਾਲ ਗੱਲ ਕਹਿਣ ਵਾਲੇ, ਤੁਸੀਂ ਜੇ ਪ੍ਰੋਗਰਾਮ ਨੂੰ 4 ਘੰਟੇ ਸੁਣਦੇ ਹੋ, ਸਵੇਰੇ ਸੁਣਦੇ ਹੋ, ਤਾਂ ਸਾਡੀ ਟੀਮ ਨੂੰ ਤੁਸੀਂ ਇੱਕ ਤਰੀਕੇ ਨਾਲ ਵਾਚ ਸਕਦੇ ਹੋ ਕਿ ਅਸੀਂ ਕਿਸੇ ਦੀ ਪਰਵਾਹ ਨਹੀਂ ਕਰਦੇ। ਅਸੀਂ ਇਹ ਨਹੀਂ ਕਹਿੰਦੇ ਕਿ ਸਾਡੇ ਦੋ ਹੱਥਾਂ ਦੇ ਵਿੱਚ ਲੱਡੂ ਆ, ਅਤੇ ਜਿਹੜੇ ਦੋ ਹੱਥਾਂ ਦੇ ਵਿੱਚ ਕਹਿੰਦੇ ਲੱਡੂ ਆ ਨਾ, ਅਸੀਂ ਮਿੱਟੀ ਵੀ ਵੇਚ ਦਿੰਦੇ ਹਾਂ, ਅਤੇ ਲੋਕ ਹੁੱਬ ਹੁੱਬ ਕੇ ਲਾਂਤੀ ਲੋਕ ਬੇਸ਼ਰਮੀ ਲੋਕ ਜਿਹੜੇ ਧੀਆਂ ਭੈਣਾਂ ਦੀ ਬੇਇੱਜ਼ਤੀ ਕਰਦੇ ਉਹਨਾਂ ਨਾਲ ਜਾ ਕੇ ਬਹਿੰਦੇ ਨੇ, ਉਹਨਾਂ ਲਈ ਡੁੱਬ ਮਰਨ ਵਾਲਾ ਕੰਮ ਹੁੰਦਾ। ਸੱਚਾਈ ਦਾ ਸਾਥ, ਬੁੱਲੇ ਬੁੱਲੇ ਚਾਵਲਾ ਜੀ ਕੰਮ ਬੜਾ ਵਧੀਆ ਕਰਦਾ, ਐਡਵਰਟਾਈਜਮੈਂਟ ਤੁਹਾਡੇ ਜੜ੍ਹਾਂ 'ਚ ਤੇਲ ਵਾਲਿਆਂ ਨਾਲ ਚੱਲਦੀ ਹੁੰਦੀ ਹੈ। ਉਦੋਂ ਫਿਰ ਹੌਲੀ ਜਿਹੀ ਕੰਨ 'ਚ ਮੈਂ ਕਹਿ ਦਿੰਦਾ ਨਾ ਭਾ ਐਡਵਰਟਾਈਜਮੈਂਟ 'ਤੇ ਦੇ ਦਿਆ ਕਰੋ, ਉੱਥੇ ਚੱਲਦੀ ਹੈ, ਫਿਰ ਅਸੀਂ ਇਹੋ ਜਿਹੇ ਸੋਨੇ ਦੇ ਬਣ ਕੇ ਕੀ ਲੈਣਾ। ਪਰ ਖੈਰ, ਉਹ ਉੱਪਰ ਵਾਲੇ ਦੀ ਮਿਹਰ ਬਹੁਤ ਆ, ਬਹੁਤ ਕੁਝ ਦਿੱਤਾ ਸਾਡੀ ਕਮਿਊਨਿਟੀ ਨੇ, ਸਾਡੇ ਭਾਈਚਾਰੇ ਨੇ, ਸਾਨੂੰ ਝੁੱਕ ਨਹੀਂ ਦਿੱਤਾ ਕਿਤੇ। ਆ IPTV ਬਾਕਸ ਤੋਂ ਕੱਢਿਆ ਸੀ ਮੈਂ ਹੱਥ ਜੋੜੇ, ਹਜ਼ਾਰਾਂ ਪਰਿਵਾਰ ਜੁੜ ਗਏ ਨੇ। ਰਾਤੀ ਦੇਖਿਆ ਖੁਰਦ ਪੀਣ ਦੇ ਨਾਲ ਜਿਹੜਾ ਵੀਲ ਅੱਜ ਰਾਤ ਨੂੰ ਵੇਖ ਲਿਓ, ਗਿਫਟ ਵੀ ਨਿਕਲੇ ਨੇ ਅੱਜ ਰਾਤ ਨੂੰ, ਸੈਂਕੜੇ ਪਰਿਵਾਰ ਹਰ ਹਫ਼ਤੇ ਆਉਂਦੇ ਨੇ, ਕਹਿੰਦੇ 10 ਨਹੀਂ ਤੋੜ ਸਕੇ। ਮੈਂ ਕਿਹਾ ਜੀ ਕੋਈ ਹੋਰ ਹੋਊਗਾ, ਮੈਂ ਤਾਂ ਜੋੜਨ ਆਇਆ, ਅਤੇ ਹਜ਼ਾਰਾਂ ਜੁੜ ਗਏ, ਅਜੇ ਤਾਂ ਬਾਕੀ। ਸੋ ਇਹ ਕਦਰ ਪਾਉਣ ਵਾਲੇ ਵੀ ਹੈਗੇ ਨੇ। ਜੇ ਅਸੀਂ ਕਹੀਏ ਕਿ ਅਸੀਂ ਬੋਲੀ ਬੋਲਾਂਗੇ, ਉਹਦੀ ਵੀ ਪਤਾ ਲੱਗ ਜਾਂਦਾ ਵੀ ਕਿਹੜੀ ਬੋਲੀ ਬੋਲਦਾ, ਕਾਂਗਰਸੀ ਆ, ਅਕਾਲੀ ਆ, ਲਿਬਰਲ ਹੈ, ਇਹ ਆਮ ਆਦਮੀ ਪਾਰਟੀ ਦਾ, ਇਹ ਠੱਪੇ ਜਿਹੜੇ ਨੇ ਲੱਗਦੇ ਰਹਿੰਦੇ ਨੇ, ਪਤਾ ਲੱਗ ਜਾਂਦਾ। ਸੋ ਆਓ ਹੁਣ ਜਿਹੜੀ ਮੈਂ ਕਹਿਰ ਦੀ ਗੱਲ ਕਰਨ ਲੱਗਾ, ਉਹਦੇ ਵਿੱਚ ਇੱਕ ਸੱਚਾਈ ਵੀ ਹੈ। ਝੋਨਾ ਲਵਾਈ ਦਾ ਭਾਅ ਥੁੱਪ ਨਾਲ ਕਿਸਾਨ ਮਜ਼ਦੂਰ ਏਕਤਾ ਨਾਰਾ ਫਿੱਕਾ ਪੈਣਾ ਵੀ ਹੈ। ਤੁਸੀਂ ਆਪਣਾ ਹੱਕ ਲੈਣ ਲਈ ਤਾਂ ਕਹਿੰਦੇ ਸਾਡੇ ਨਾਲ ਸਾਰਾ ਸੰਸਾਰ ਖੜ ਜਾਵੇ, ਅਤੇ ਮਜ਼ਦੂਰ ਦਾ ਹੱਕ ਦੇਣ ਲੱਗਿਆ ਤੁਸੀਂ ਕਹਿੰਦੇ ਵੀ ਨਹੀਂ ਅਸੀਂ ਇਹੀ ਦੇਣਾ, ਕਰਨਾ ਕਰੋ, ਉਹਨੂੰ ਤੁਸੀਂ ਦਬਾ ਕੇ ਰੱਖਣਾ ਮਜ਼ਦੂਰ ਨੂੰ। ਸੰਯੁਕਤ ਮੋਰਚੇ ਨੇ ਵੀ ਚੁੱਪ ਵੱਟੀ ਹੈ। ਕਿਸਾਨ ਅੰਦੋਲਨ 'ਚ ਦਾਦੂਵਾਲ ਜੀ ਕਹਿੰਦੇ ਨੇ ਕਿ ਮੈਂ ਵਿਚੋਲਗੀ ਕਰਨੀ ਹੈ। ਵਾਹ ਜੀ ਵਾਹ, ਕੀ ਕਹਿਣਾ ਚਾਹੋਗੇ? ਦਿਲਬਾਗ ਜੀ, ਪਹਿਲਾਂ ਜਿਹੜੀ ਭਾਜਪਾ ਦੀ ਗੱਲ ਹੋ ਰਹੀ ਸੀ ਉਹ ਗੱਲ ਪੂਰੀ ਕਰਦੀ ਹੈ। ਹਰਦੀਪ ਗਰੇਵਾਲ ਨੇ ਜਿਹੜੀ ਟਿੱਪਣੀ ਕੀਤੀ ਆ, ਉਹਨਾਂ ਨੇ ਕਿਹਾ ਕਿ ਜੇ ਇਹਨਾਂ ਨੂੰ ਜਿਹੜੇ ਅੱਜ ਸਾਡੇ ਤੇ ਸਵਾਲ ਕਰ ਰਹੇ ਆ, ਪਾਰਟੀ ਤੇ ਸਵਾਲ ਕਰ ਰਹੇ ਆ ਸਾਡੇ ਆਗੂ, ਜੇ ਇਹਨਾਂ ਨੂੰ ਪਾਰਟੀ ਦੀਆਂ ਨੀਤੀਆਂ ਸਹੀ ਨਹੀਂ ਲੱਗਦੀਆਂ ਤਾਂ ਫਿਰ ਇਹ ਪਾਰਟੀ ਛੱਡ ਕੇ ਜਾ ਸਕਦੇ ਨੇ। ਨਾ ਹੀ ਉਹਨਾਂ ਨੇ ਕਿਹਾ ਕਿ ਪਹਿਲਾਂ ਕਿੱਥੇ ਗਏ ਹੋਏ ਸੀ, ਅੱਜ ਪਾਰਟੀ ਮੁਸੀਬਤ 'ਚ ਆ ਤੇ ਅੱਜ ਇਹ ਸਵਾਲ ਕਰ ਰਹੇ ਆ। ਤੇ ਜਿਹੜੇ ਪੰਜਾਬ ਪ੍ਰਧਾਨ ਨੇ ਭਾਜਪਾ ਦੇ ਅਸ਼ਵਨੀ ਕੁਮਾਰ ਹੋਰੀ, ਉਹਨਾਂ ਨੇ ਮਾਸਟਰ ਮੋਹਨ ਲਾਲ ਹੋਰਾਂ ਨੂੰ ਕਿਹਾ ਕਿ ਹੁਣ ਤੁਸੀਂ ਪਿਓ ਦੀ ਨੀ ਪਾਰਟੀ ਦੇ ਵਿੱਚ ਦਾਦਾ ਜੀ ਦੀ ਭੂਮਿਕਾ ਨਿਭਾਉਣੀ ਸਿੱਖੋ। ਇਹ ਬਹੁਤ ਵੱਡਾ ਇਸ਼ਾਰਾ ਕਿ ਹੁਣ ਤੁਸੀਂ ਬਜ਼ੁਰਗ ਹੋ ਗਏ ਆ, ਹੁਣ ਤੁਸੀਂ ਜਿਹੜੇ ਸਾਡੇ ਅਡਵਾਨੀ ਸਾਹਿਬ ਨੇ, ਹੁਣ ਤੁਸੀਂ ਉਹਨਾਂ ਵਾਂਗੂ ਬੈਠ ਜਾਓ। ਇਹ ਬਹੁਤ ਵੱਡਾ ਇਸ਼ਾਰਾ ਉਹਨਾਂ ਦਾ, ਕਿ ਇਹੋ ਜਿਹੀਆਂ ਹੋਰ ਵੀ ਇਹੋ ਜਿਹੇ ਬਿਆਨ ਪਿੱਛੇ ਇਹਨਾਂ ਦੀ ਪਾਰਟੀ ਦੇ ਬਾਰੇ ਆਉਣਗੇ ਆਉਂਦੇ ਦਿਨ। ਪਰ ਇਹ ਜ਼ਰੂਰ ਆ ਕਿ ਪਾਰਟੀ ਦੇ ਵਿੱਚ ਸਭ ਅੱਛਾ, ਕਾਂਗਰਸ ਵਾਂਗੂ ਭਾਜਪਾ ਦੇ ਵਿੱਚ ਵੀ ਨਹੀਂ ਚੱਲ ਰਿਹਾ। ਜੀ ਹਾਂਜੀ, ਝੋਨਾ ਲਵਾਈ ਤੇ ਦਾਦੂਵਾਲ ਦੀ ਵਿਚੋਲਗੀ, ਆਪਾਂ ਇਹ 'ਤੇ ਕਰਾਂਗੇ ਗੱਲ। ਉਦੋਂ ਬਾਅਦ ਦਾਰੂ ਦੀ ਭੱਠੀ ਦੀ ਵੀ ਗੱਲ ਕਰਨੀ ਹੈ, ਔਰ ਮਹਿੰਗਾਈ ਨੂੰ ਲੈ ਕੇ ਇੱਕ ਰੋਸ ਪ੍ਰਦਰਸ਼ਨ ਦੇ ਵਿੱਚ ਬੀਬੀ ਨੇ ਕਹਿੰਦੇ ਗੱਡੀ ਸਾੜ ਦਿੱਤੀ। ਜੀ 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 ਬਿਲਕੁਲ ਬਿਲਕੁਲ, ਉਹ ਵੀ ਉਸ ਭਾਅ ਦੇ ਉੱਤੇ ਲਾਵਾਂਗੇ ਜੀ, ਜਿਹੜਾ ਪੰਚਾਇਤਾਂ ਇਕੱਠੇ ਹੋ ਕੇ ਮਤੇ ਪਾ ਰਹੀਆਂ ਨੇ, ਥੋਪ ਰਹੀਆਂ ਨੇ। ਕਮਾਲ ਦੀ ਗੱਲ, ਇੱਕ ਬੰਦੇ ਨੇ ਲਿਖੀ ਅਮਨ ਜੀ ਕਿ ਖਾਣਾ ਪੰਜਾਬੀਆਂ ਨੇ ਮਹੀਨੇ 'ਚ ਦੋ ਵਾਰੀ ਹੁੰਦਾ ਚੌਲਾਂ ਨੂੰ, ਉਹ ਵੀ ਕਿਤੇ ਜਰਦਾ ਆਏ ਗਿਆ ਤੇ ਬਣਾ ਲਿਆ ਹਨਾ ਜੀ, ਤੇ ਬੀਜ ਬੀਜ ਕੇ ਚੌਲ, ਪੈਸੇ ਭਾਵੇਂ ਇਹਨਾਂ ਦਾ ਢਿੱਡ ਭਰਿਆ ਜਾਂ ਨਹੀਂ ਭਰਿਆ, ਪਰੰਤੂ ਧਰਤੀ ਦਾ ਢਿੱਡ ਜਿਹੜਾ ਹੈ ਇਹਨਾਂ ਨੇ ਚੂਸ ਲਿਆ ਪਾਣੀ ਰੂਪੀ। ਚਲੋ ਅੱਗੇ ਵੱਧਦੇ ਹਾਂ ਆਪਾਂ, ਪਲੀਜ਼। ਪਿਛਲੇ ਸਾਲ ਦਰਬਾਰ ਜੀ, ਸੰਗਰੂਰ ਜ਼ਿਲ੍ਹੇ ਦਾ ਇੱਕ ਪਿੰਡ ਸੀ, ਘਨੌਰੀ ਖੁਰਦ ਪਿੰਡ ਆ, ਉੱਥੇ ਵੀ ਇਹ ਮਤਾ ਪਾਇਆ ਗਿਆ ਸੀ। ਉੱਥੇ ਕਿਹਾ ਗਿਆ ਸੀ ਕਿ 3800 ਰੁਪਇਆ ਇੱਕ ਕਿੱਲੇ ਦਾ ਝੋਨਾ ਲਵਾਈ ਦਾ ਅਸੀਂ ਦੇਵਾਂਗੇ, ਤੇ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਸੀ ਲਿਖਤੀ ਰੂਪ ਦੇ ਵਿੱਚ। ਜੇ ਕਿਸੇ ਨੇ ਇਹਦੀ ਉਲੰਘਣਾ ਕੀਤੀ ਉਹਦਾ ਸੋਸ਼ਲ ਬਾਈਕਾਟ ਕੀਤਾ ਜਾਊਗਾ। ਤੇ ਇੱਕ ਹੋਰ ਗੱਲ ਕਹੀ ਗਈ ਸੀ ਕਿ ਦਿਹਾੜੀ ਜਿਹੜੀ ਆ ਮਜ਼ਦੂਰ ਨੂੰ, ਮਜ਼ਦੂਰੀ ਤਾਂ ਹੁਣ ਗਲਤ ਹੀ ਕਰਦੇ ਨੇ ਉਹ ਤੇ ਪਤਾ ਹੀ ਹੈ ਸਾਨੂੰ, 300 ਰੁਪਇਆ ਇੱਕ ਦਿਨ ਦੀ ਦਿੱਤੀ ਜਾਊਗੀ, ਸ਼ਾਮ ਦੀ ਰੋਟੀ ਨਹੀਂ ਦੇਵਾਂਗੇ, ਆਪਣੇ ਭਾਂਡੇ ਦਿਹਾੜੀਦਾਰ ਘਰੋਂ ਲੈ ਕੇ ਆਏਗਾ, ਤੇ ਜੇ ਇਹਨਾਂ ਫਰਮਾਨਾਂ ਦਾ ਪਿੰਡ ਦਾ ਕੋਈ ਵੀ ਬੰਦਾ ਉਲੰਘਣਾ ਕਰੇਗਾ ਉਹਦਾ ਸੋਸ਼ਲ ਬਾਈਕਾਟ ਕਰਾਂਗੇ। ਇਸ ਮਾਮਲੇ ਉਦੋਂ ਵੀ ਇਹ ਮਾਮਲਾ ਮੀਡੀਆ ਦੇ ਵਿੱਚ, ਸੋਸ਼ਲ ਮੀਡੀਆ ਦੇ ਵਿੱਚ ਕਾਫੀ ਚਰਚਾ ਦੇ ਵਿੱਚ ਆਇਆ, ਆਲੋਚਨਾ ਹੋਈ, ਬਹੁਤ ਸਾਰੇ ਪਿੰਡਾਂ ਦੇ ਵਿੱਚ ਇਹੋ ਜਿਹੇ ਮਤੇ ਪਾਏ ਗਏ। ਪਰ ਇਸ ਇੱਕ ਮਾਮਲੇ ਬਾਰੇ ਕਿਹਾ ਗਿਆ ਸੀ ਕਿ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਇਹਦਾ ਨੋਟਿਸ ਲਿਆ ਸੀ, ਪੰਜਾਬ ਸਰਕਾਰ ਨੂੰ ਕਿਹਾ ਸੀ ਕਿ ਇਹ ਜਿਹੜੇ ਆ ਇਹੋ ਜਿਹੇ ਮਤੇ ਆ ਉਹਨਾਂ ਨੂੰ ਰੱਦ ਕਰਾਏ ਜਾਓ, ਰੱਦ ਕਰਵਾਓ, ਤੇ ਕੀ ਤੁਸੀਂ ਇਹਦੇ ਤੇ ਐਕਸ਼ਨ ਲੈ ਰਹੇ ਆ ਪੰਜਾਬ ਸਰਕਾਰ ਤੋਂ, ਇਹ ਰਿਪੋਰਟ ਵੀ ਤਲਬ ਕੀਤੀ ਗਈ ਸੀ। ਉਸ ਤੋਂ ਬਾਅਦ ਕੀ ਹੋਇਆ ਕੀ ਨਹੀਂ ਹੋਇਆ ਇਸ ਮਾਮਲੇ ਦਾ ਕੁਛ ਨਹੀਂ ਪਤਾ। ਜੇ ਮਿਸਾਲੀ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਜੋ ਹੋ ਰਿਹਾ ਇਹ ਸ਼ਾਇਦ ਨਾ ਹੋਇਆ ਹੁੰਦਾ। ਫੇਸਬੁੱਕ ਦੇ ਉੱਤੇ ਤੇ ਵੱਖ ਵੱਖ ਵਟਸਐਪ ਗਰੁੱਪਾਂ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਮੈਸੇਜ ਨੇ ਜਿਹੜੇ ਵਾਇਰਲ ਹੋ ਰਹੇ ਆ।
ਸਾਂਝੇ ਕੀਤੇ ਜਾ ਰਹੇ ਆ। ਇੱਕ ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਗਿਆ ਉਹ ਫਤਿਹਗੜ੍ਹ ਸਾਹਿਬ ਦਾ ਪਿੰਡ ਆ ਤਲਾਣੀਆਂ, ਉੱਥੋਂ ਦਾ ਕਿਹਾ ਗਿਆ ਕਿ ਸਾਡੀਆਂ ਦਿੱਲੀ ਬੈਠੀਆਂ ਕਿਸਾਨ ਜਥੇਬੰਦੀਆਂ ਨੇ ਝੋਨਾ ਲਵਾਈ ਦਾ ਰੇਟ 2500-2600 ਇੱਕ ਏਕੜ ਦਾ ਤੈਅ ਕੀਤਾ, ਜੇ ਜੱਟ ਭਾਈਚਾਰੇ ਨੂੰ ਨਹੀਂ ਮੰਨੂਗਾ ਇਹਦੇ ਤੋਂ ਵੱਧ ਪਾ ਦੇਗਾ ਤਾਂ ਉਹਨੂੰ 50,000 ਰੁਪਇਆ ਜੁਰਮਾਨਾ ਕੀਤਾ ਜਾਊਗਾ, ਤੇ ਜਿਨ੍ਹਾਂ ਦੀ 20 ਏਕੜ ਤੋਂ ਜ਼ਿਆਦਾ ਜ਼ਮੀਨ ਆ ਉਹਨਾਂ ਨੂੰ 2,00,000 ਰੁਪਇਆ ਜੁਰਮਾਨਾ ਅਸੀਂ ਕਰਾਂਗੇ। ਤੇ ਜੇ ਪਤਾ ਲੱਗ ਗਿਆ, ਪੰਚਾਇਤ ਨੂੰ ਪਤਾ ਲੱਗ ਗਿਆ ਕਿ ਕਿਸੇ ਬੰਦੇ ਨੇ, ਕਿਸੇ ਜੱਟ ਨੇ 2500-2600 ਰੁਪਈਏ ਤੋਂ ਵੱਧ ਭਾ ਦੇ ਦਿੱਤਾ ਝੋਨਾ ਲਵਾਈ ਦਾ ਮਜ਼ਦੂਰਾਂ ਨੂੰ, ਤੇ ਫਿਰ ਉਹਨੂੰ ਗੁਰਦੁਆਰਾ ਸਾਹਿਬ ਚ ਲਿਜਾ ਕੇ ਉਹਦੇ ਤੋਂ ਸਹੁੰ ਵੀ ਚੁਕਵਾਈ ਜਾਏਗੀ, ਪੁੱਛਿਆ ਜਾਏਗਾ ਉਹਦੇ ਤੋਂ ਕਿ ਜੇ ਉਹ ਝੂਠ ਬੋਲਦਾ ਤੇ ਗੁਰਦੁਆਰਾ ਸਾਹਿਬ ਚ ਜਾ ਕੇ ਤੋਂ ਸਹੁੰ ਚੁਕਵਾਈ ਜਾਏਗੀ ਕਿ ਕੀ ਉਹ ਝੂਠ ਬੋਲਦਾ ਜਾਂ ਸੱਚ ਬੋਲਦਾ। ਤੇ ਹੋਰ ਵੀ ਜੇ ਕੋਈ ਸ਼ਿਕਾਇਤ ਆਉਂਦੀ ਆ ਤੇ ਫਿਰ ਅਸੀਂ ਆਪਣੀ ਕਾਰਵਾਈ ਕਰਾਂਗੇ। ਇਹ ਖਾਤੇ ਚ ਪਾਇਆ ਗਿਆ ਕਿ ਦਿੱਲੀ ਬੈਠੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਫਰਮਾਨ ਜਾਰੀ ਕੀਤਾ। ਇੱਕ ਹੋਰ ਪਿੰਡ ਦੀ ਪੰਚਾਇਤ ਆ ਨਾਭਾ ਬਲਾਕ ਦੀ, ਪਟਿਆਲਾ ਜ਼ਿਲ੍ਹੇ ਦਾ ਪਿੰਡ ਆ ਨੋਰਾ, ਉੱਥੋਂ ਦਾ 6 ਤਰੀਕ ਦਾ 6 ਜੂਨ ਦਾ ਜਿਹੜਾ ਲਿਖਤੀ ਮਤਾ ਪਾਇਆ ਗਿਆ ਉਹਦੇ ਤੇ ਬਹੁਤ ਸਾਰੇ ਲੋਕਾਂ ਦੇ, ਪਿੰਡ ਦੇ ਲੋਕਾਂ ਦੇ, ਮੋਹਤਬਰਾਂ ਦੇ, ਪੰਚਾਇਤ ਮੈਂਬਰਾਂ ਦੇ, ਸਰਪੰਚ ਦੀ ਸਟੈਂਪ ਵੀ ਲੱਗੀ ਹੋਈ ਆ ਤੇ ਬਹੁਤ ਸਾਰੇ ਲੋਕਾਂ ਦੇ ਦਸਤਖਤ ਵੀ ਕੀਤੇ ਗਏ ਆ। ਉਹਦੇ ਚ ਕਿਹਾ ਗਿਆ ਕਿ ਪੰਚਾਇਤ ਤੇ ਕਿਸਾਨ ਯੂਨੀਅਨ ਦੀ ਹਾਜ਼ਰੀ ਦੇ ਵਿੱਚ ਇਹ ਫੈਸਲਾ ਲਿਆ ਗਿਆ, 1 ਵਿਘੇ ਦਾ ਰੇਟ ਅਸੀਂ ਝੋਨਾ ਲਵਾਈ ਦਾ 700 ਰੁਪਇਆ ਦੇਵਾਂਗੇ ਸੁੱਕੇ ਰਾਸ਼ਨ ਤੋਂ ਬਿਨਾਂ, ਜੇ ਸੁੱਕਾ ਰਾਸ਼ਨ ਦੇਵਾਂਗੇ ਤੇ ਫਿਰ ਅਸੀਂ 650 ਰੁਪਇਆ 1 ਵਿਘੇ ਦਾ ਦੇਵਾਂਗੇ, ਜੇ ਕੋਈ ਇਹਦੀ ਉਲੰਘਣਾ ਕਰੇਗਾ ਉਹਨੂੰ 50,000 ਰੁਪਏ ਜੁਰਮਾਨਾ ਕੀਤਾ ਜਾਊਗਾ। ਬਿਲਕੁਲ ਇਹ ਸੱਚਾਈ ਇਹ ਆ। ਆਪਣੇ ਤੌਰ ਦੇ ਉੱਤੇ ਕਿਸਾਨ ਸੰਯੁਕਤ ਮੋਰਚੇ ਦੇ ਨਾਲ ਜੁੜੀਆਂ ਹੋਈਆਂ ਜਥੇਬੰਦੀਆਂ ਉਹਨਾਂ ਦੇ ਲੀਡਰ ਆਪਣੇ ਤੌਰ ਦੇ ਉੱਤੇ ਤਾਂ ਜਦੋਂ ਕੋਈ ਪੱਤਰਕਾਰ ਸਵਾਲ ਕਰਦਾ ਉਦੋਂ ਉਹ ਕਹਿੰਦੇ ਆ ਕਿ ਨਹੀਂ ਇਹ ਨਹੀਂ ਹੋਣਾ ਚਾਹੀਦਾ, ਕਿਸਾਨ ਮਜ਼ਦੂਰ ਬੈਠ ਕੇ ਸਾਂਝੇ ਤੌਰ ਦੇ ਉੱਤੇ ਆਪਸੀ ਸਹਿਮਤੀ ਨਾਲ ਭਾਅ ਤੈਅ ਕਰਨ, ਥੋਪਿਆ ਨਹੀਂ ਜਾਣਾ ਚਾਹੀਦਾ। ਜਦੋਂ ਤੁਸੀਂ ਬਾਕੀ ਫੈਸਲੇ ਇੰਨੇ ਵੱਡੇ ਇੱਕ ਇਤਿਹਾਸਕ ਅੰਦੋਲਨ ਜਿਹਨੇ ਕਈ ਤਰ੍ਹਾਂ ਦੇ ਇਤਿਹਾਸ ਸਿਰਜ ਦਿੱਤੇ ਉੱਥੇ ਬੈਠ ਕੇ ਖੇਤੀ ਨਾਲ ਜੁੜੇ ਹੋਏ ਵੱਖ ਵੱਖ ਮਸਲੇ ਜਿਹੜੇ ਆ ਉਹ ਤੁਸੀਂ ਸੁਲਝਾਉਂਦੇ ਆ, ਵੱਖ ਵੱਖ ਤੁਸੀਂ ਉੱਥੋਂ ਐਲਾਨ ਕਰਦੇ ਹੋ, ਸੱਦੇ ਦਿੰਦੇ ਹੋ, ਤਾਂ ਇਸ ਮਾਮਲੇ ਨੂੰ ਲੈ ਕੇ ਸਾਂਝਾ ਸੱਦਾ ਕੋਈ ਕਿਉਂ ਨਹੀਂ ਦਿੱਤਾ ਗਿਆ? ਬਿਲਕੁਲ ਅਮਨ ਜੀ ਬਿਲਕੁਲ, ਫਿਰ ਸ਼ਰਮ ਨਹੀਂ ਆਉਂਦੀ ਉੱਥੇ ਜਾ ਕੇ ਬਦਾਮਾਂ ਦੇ ਲੰਗਰ ਲਾਉਣੇ, ਅਖਰੋਟਾਂ ਦੇ ਲੰਗਰ ਲਾਉਣੇ, ਡਰਾਈ ਫਰੂਟਾਂ ਦੇ ਲੰਗਰ ਲਾਉਣੇ ਅਤੇ ਲਗਜ਼ਰੀ ਚੀਜ਼ਾਂ ਲੈ ਕੇ ਉੱਥੇ ਜਾਣੀਆਂ ਅਤੇ ਉੱਥੇ ਜਾ ਕੇ ਫੁਕਰਾ ਪੰਥੀ ਦਿਖਾਉਣੀ, ਅਤੇ ਜਿਹੜਾ ਤੁਹਾਡੇ ਵਾਸਤੇ ਇੱਕ ਦਿਨ ਰਾਤ ਮਿਹਨਤ ਕਰਕੇ ਅਤੇ ਉਹ ਸਿੰਚਾਈ ਕਰਨ ਦੇ ਵਿੱਚ ਤੁਹਾਡੀ ਸ਼ੁਰੂਆਤ ਹੈਲਪ ਕਰ ਰਿਹਾ ਹੈ ਅਤੇ ਤੁਸੀਂ ਉਹਨੂੰ ਉਹਦਾ ਬਣਦਾ ਹੱਕ ਵੀ ਨਹੀਂ ਦੇਣਾ ਚਾਹੁੰਦੇ, ਸਰਕਾਰੀ ਰੇਟ ਕੀ ਹੈ? ਕੋਈ ਸਰਕਾਰੀ ਰੇਟ ਨਹੀਂ ਹੁੰਦਾ, ਸਰਕਾਰੀ ਰੇਟ ਨਹੀਂ ਹੁੰਦਾ। ਜਿਹੜੀ ਮਨਰੇਗਾ ਦੀ ਦਿਹਾੜੀ ਮਿੱਥੀ ਜਾਂਦੀ ਆ ਉਹਦੇ ਹਿਸਾਬ ਨਾਲ ਉਹ ਸਿਰਫ ਇੱਕ ਦਿਹਾੜੀ ਦਾ ਭਾਅ ਹੁੰਦਾ, ਇਹ ਤਾਂ ਭਾਈਚਾਰਕ ਤੌਰ ਦੇ ਉੱਤੇ ਹੀ ਫੈਸਲਾ ਲਿਆ ਜਾਂਦਾ। ਇਹ ਚਾਹੀਦਾ ਇਹ ਆ ਕਿ ਜੇ ਤੁਸੀਂ ਹਰ ਸਾਲ ਠੇਕਾ ਵਧਾਉਂਦੇ ਹੋ 1 ਕਿੱਲੇ ਦਾ, ਤੁਸੀਂ ਹਰ ਸਾਲ ਫਸਲ ਦਾ ਜਿਣਸ ਦਾ ਵੱਧ ਮੁੱਲ ਮੰਗ ਰਹੇ ਆ ਤੇ ਮਜ਼ਦੂਰ ਦੀ ਦਿਹਾੜੀ ਕਿਉਂ ਥੱਲੇ ਜਾ ਰਹੀ ਹੈ? ਬਿਲਕੁਲ ਬਿਲਕੁਲ, 4 ਸਾਲ 10 ਸਾਲ ਪਹਿਲਾਂ ਵੀ ਮੈਂ ਖੁਦ ਸੁਣਿਆ ਕਿ 2200-2500 ਇੰਨੀ 1 ਕਿੱਲੇ ਦੀ ਝੋਨਾ ਲਵਾਈ ਦੇ ਪੈਸੇ ਲੈ ਕੇ ਜਾਂਦੇ ਸੀ, ਇਹ ਕਿੰਨੇ ਚਿਰ ਦੀਆਂ ਗੱਲਾਂ। ਹੁਣ ਖੇਤੀ ਨਾਲ ਸਾਂਝ ਟੁੱਟਿਆ ਹੀ ਸਾਡੇ ਤੇ 15-20 ਸਾਲ ਹੋ ਗਏ, ਅੱਜ ਵੀ ਉੱਥੇ ਜਾ ਕੇ ਸਾਰਾ ਕੁਝ ਖੜਾ, ਅੱਜ ਵੀ 3000 ਤੋਂ ਥੱਲੇ ਥੱਲੇ ਗੱਲ ਹੋ ਰਹੀ ਹੈ। ਜੇ ਕੋਈ 3000 ਮੰਗ ਲੈਂਦਾ ਤੇ ਤੁਹਾਡਾ ਢਿੱਡ ਪੀੜ ਹੋਣ ਲੱਗ ਪੈਂਦਾ। ਕਿਸਾਨ ਮਜ਼ਦੂਰ ਏਕਤਾ ਦੀ ਤੁਸੀਂ ਗੱਲ ਕੀਤੀ, ਤੁਸੀਂ ਨਾਰਾ ਦਿੱਤਾ, ਤੁਸੀਂ ਕਿਹਾ ਕਿ ਮਜ਼ਦੂਰ ਸਾਡੇ ਨਾਲ ਆ, ਮਜ਼ਦੂਰਾਂ ਲਈ ਤੁਸੀਂ ਕੀਤਾ ਕੀ? ਪਿੰਡਾਂ ਦੇ ਵਿੱਚ ਪੰਚਾਇਤੀ ਜ਼ਮੀਨ ਚੋਂ 3/3 ਹਿੱਸਾ ਦਲਿਤ ਭਾਈਚਾਰੇ ਨੂੰ ਕਾਨੂੰਨ ਮਿਲਦਾ, ਤੁਸੀਂ ਮਜ਼ਦੂਰਾਂ ਨੂੰ ਆਪਣੇ ਨਾਲ ਖੜਾ ਕਰਨਾ ਚਾਹੁੰਦੇ ਸੀ, ਇੰਨਾ ਵੱਡਾ ਅੰਦੋਲਨ ਤੁਸੀਂ ਸਿਰਜਿਆ, ਉੱਥੇ ਤੁਸੀਂ ਐਲਾਨ ਕਰਦੇ ਕਿ ਭਾਈ ਅਸੀਂ ਪੰਚਾਇਤੀ ਜ਼ਮੀਨਾਂ ਨਹੀਂ ਲੈਣੀਆਂ, ਇਹ ਸਾਡੇ ਦਲਿਤ ਭਾਈਚਾਰੇ ਨੂੰ ਜਾਂ ਬੇਜ਼ਮੀਨੇ ਲੋਕਾਂ ਨੂੰ ਦਿੱਤੀਆਂ ਜਾਣ, ਉਹ ਸਾਂਝੇ ਤੌਰ ਦੇ ਉੱਤੇ ਖੇਤੀ ਕਰਨ, ਆਪਣਾ ਗੁਜ਼ਾਰਾ ਕਰਨ। ਏਡੂ ਵੱਡਾ ਕ੍ਰਾਂਤੀਕਾਰੀ ਫੈਸਲਾ ਹੋਰ ਕੀ ਹੋ ਸਕਦਾ ਸੀ? ਤੁਸੀਂ ਤੇ ਧਨਾੜ ਲੋਕਾਂ ਵਾਂਗੂ, ਜਗੀਰਦਾਰ ਲੋਕਾਂ ਵਾਂਗੂ ਆਪਣੀ ਉਹ ਮਾਨਸਿਕਤਾ ਨੂੰ ਪੱਠੇ ਪੁਆਉਣ ਲੱਗੇ ਹੋਏ ਆ, ਏਸੀ ਟਰਾਲੀਆਂ ਦੇ ਵਿੱਚ ਏਸੀ ਫਿੱਟ ਕਰਾ ਕੇ ਤੁਸੀਂ ਅੰਦੋਲਨ ਲੜ ਰਹੇ ਆ, ਤੇ ਇੱਕ ਧੁੱਪ ਦੇ ਵਿੱਚ ਸਾੜ ਦੇਣ ਵਾਲੀ ਧੁੱਪ ਦੇ ਵਿੱਚ ਮਜ਼ਦੂਰ ਪਰਿਵਾਰ ਉੱਥੇ ਝੋਨਾ ਲਾਏਗਾ, ਉਹਨੂੰ ਤੁਸੀਂ ਕਹਿੰਦੇ ਨਾ ਨਾ ਅਸੀਂ ਨੀ ਇੰਨੇ ਪੈਸੇ ਦੇਣੇ, ਅਸੀਂ ਰਾਸ਼ਨ ਵੀ ਨਹੀਂ ਦੇਣਾ, ਜੇ ਰਾਸ਼ਨ ਦਿੱਤਾ ਤੇ ਇੰਨੇ ਪੈਸੇ ਕੱਟਾਂਗੇ। ਸੜਕ ਦੇ ਕਿਨਾਰੇ ਬੈਠਾ ਬੱਚਾ ਵਿਲਕਦਾ ਉਹਦੇ ਸੁਪਨੇ ਜਿਹੜੇ ਨੇ ਉਹ ਨਹੀਂ ਸਾਕਾਰ ਹੋਣੇ ਕਿ ਉਹਨੂੰ ਵੀ 2 ਪੈਸੇ ਵੱਧ ਦੇ ਦਈਏ, ਉਹ ਵੀ ਸਾਰਾ ਸਾਲ ਆਪਣੀ ਸੁੱਖ ਦੀ ਜ਼ਿੰਦਗੀ ਬਤੀਤ ਕਰ ਸਕੇ ਸਾਰਾ ਸਾਲ, ਤੇ ਆਪਣੇ ਬੱਚੇ ਨੂੰ ਚੰਗੀ ਐਜੂਕੇਸ਼ਨ ਵਿੱਦਿਆ ਦੇ ਸਕੇ, ਪੜ੍ਹਾ ਸਕੇ ਤੇ ਚੰਗੇ ਕੱਪੜੇ ਦੇ ਸਕੇ। ਉਹ
जिमीदार तो जट्टा तो भीख नहीं मंग रहा, वो अपने हक दे पैसे मंग रहा कि जे बाकी सारा कुछ तुसी अपने भाव दा रहे हैं उदे लिए लड़ रहे हैं तुसी साडे लिए की कर रहे हैं। पर एक भी कारपोरेट जगत तो घट है, जे कारपोरेट जगत नु आपा कहांगे भई ओ लोह चूसदे ने तां फिर ए किस कैटेगरी च छोटे कारपोरेट घराने ने लड़ाई हुई छोटे कारपोरेट घराने दी वड्डे कारपोरेट घराने नाल, ये अज नहीं ते कल होर साल नु दो साल नु ये सारा स्पष्ट हो जाना कि इस अंदोलन दी लड़ाई किदे नाल किदी लड़ाई किदे नाल सी। और साडे कबीर दा नाल दी नाल एक व्हाट्सएप भी आया, मैं वो भी साझा कर दिंदा। चलो धन्नवाद जी, तुसी सानू नाल दी नाल भेज दिओ जिहड़े जिहड़े भी मैसेज ने, मैं धन्नवाद करना चाहुंदा। काफी लंबा चौड़ा है ते रात दे प्रोग्राम सारा पढ़ दांगे। मजदूर जथेबंदियां वल्लों झोने दी लवाई संबंधी मजदूर विरोधी बयानां दा गंभीर नोटिस, क्या जिहे बयान मजदूर किसानां चों फुट पौले दिते जा रहे ने, इह रात दे प्रोग्राम दी पूरी डिटेल तुहानूं साडा कर देवांगे जी। सो काफ़ी कुछ जिहड़ा है सामने आ सकदा। सो आपां जिहड़ी विचोलगी वाली गल है उह वी कर लईए, फिर वाइंड अप करांगे जल्दी। जी, जथेदार बलजीत सिंह दादूवाल होरां ने कहा कि गलबात जिहड़ी ठप्प हुई आ किसानां दी ते केंद्र सरकार दी, खास करके हरियाणा सरकार दे कोले मैं जाऊंगा, जा सकदा मैं केंद्र सरकार ते किसानां दे विच विचोलगी करन दा प्रस्ताव भी रख सकदा ते छेती मुलाकात भी करनगे जथेदार दादूवाल होरी। हुण इह धार्मिक जथेबंदी नाल जुड़े हुए शख्स ने, जदों अंदोलन शुरू होया सी वख वख धार्मिक जथेबंदियां दे जिहड़े आगू सी नुमाइंदे सी ओह उत्थे अंदोलन दे विच जा रहे सी ते किन्ने सवाल उठ रहे सी। राजेवाल होरां ने जदों बाबा धुम्मा नाल मुलाकात कीती किन्ने सारे सवाल उठे, ते जे दादूवाल होरी इह गल रख रहे आ तां की उहदे ते सवाल नहीं उठूगा जी। ਉਹਦੇ ਅੰਦੋਲਨ ਵਾਲੇ ਤੇ ਜਿਹੜੇ ਅੰਦੋਲਨਕਾਰੀ ਆ ਜਿਹੜੇ ਅੰਦੋਲਨ ਦੀ ਅਗਵਾਈ ਕਰ ਰਹੇ ਆ ਉਹ ਤੇ ਹੁਣ ਤੱਕ ਤੇ ਖੈਰ ਇਹੀ ਕਹਿੰਦੇ ਆ ਰਹੇ ਆ ਕਿ ਗੈਰ ਸਿਆਸੀ ਗੈਰ ਸਿਆਸੀ ਗੈਰ ਸਿਆਸੀ ਤੇ ਕੁਝ ਵੀ ਨਹੀਂ ਹੁੰਦਾ, ਗੈਰ ਸਿਆਸੀ ਕੁਝ ਵੀ ਨਹੀਂ ਹੁੰਦਾ ਇਸ ਦੁਨੀਆਂ ਦੇ ਵਿੱਚ, ਉਹ ਤੇ ਹੁਣ ਤੱਕ ਇਹੀ ਕਹਿ ਰਹੇ ਆ। ਪਰ ਜਦੋਂ ਕਿਸੇ ਨੇ ਤੁਹਾਡੇ ਤੋਂ ਮਦਦ ਮੰਗੀ ਤੁਸੀਂ ਆਪਣੇ ਆਪ ਨੂੰ ਪੇਸ਼ ਕਰ ਰਹੇ ਆ ਮਦਦ ਵਾਸਤੇ, ਉਹਦੇ ਪਿੱਛੇ ਮਕਸਦ ਕੀ ਆ ਤੁਹਾਡਾ? ਜਿਹੜੀ ਦਾਦੂਵਾਲ ਹੋਰਾਂ ਦੀ ਮਾਨਸਿਕਤਾ ਦੇ ਉੱਤੇ ਸੱਚਮੁੱਚ ਹੈਰਾਨੀ ਹੁੰਦੀ ਆ ਕਿ ਸਰਬੱਤ ਖਾਲਸਾ ਨੇ ਕਿੰਨਾ ਵੱਡਾ ਰੁਤਬਾ ਦਿੱਤਾ ਸੀ ਤੇ ਅਸੀਂ ਚੁਣਿਆ ਕੀ। ਚਲੋ ਮਹਿੰਗਾਈ ਨੂੰ ਲੈ ਕੇ ਕਾਂਗਰਸ ਵੱਲੋਂ ਰੋਸ ਪ੍ਰਦਰਸ਼ਨ, ਕੀ ਕਹਿਣਾ ਚਾਹੋਗੇ? ਪੂਰੇ ਦੇਸ਼ ਦੇ ਵਿੱਚ ਹੀ ਅੱਜ ਕਾਂਗਰਸ ਨੇ ਸਰਗਰਮੀ ਦਿਖਾਈ ਆ, ਵੱਖ ਵੱਖ ਥਾਵਾਂ ਦੇ ਉੱਤੇ ਇੱਕ ਵੀਡੀਓ ਆ ਸਾਡੇ ਕੋਲ ਪਹੁੰਚੀ ਆ, ਵੈਸੇ ਤਾਂ ਵੱਖ ਵੱਖ ਚੈਨਲ ਉਸਨੂੰ ਲਾ ਚੁੱਕੇ ਨੇ ਯੂਟਿਊਬ 'ਤੇ ਅਤੇ ਉਹਨੇ ਤਰਸੱਲੀ ਮਚਾਈ ਹੋਈ ਹੈ। ਬੀਬੀ ਨੇ ਗੱਡੀ ਸਾੜਤੀ ਕਹਿੰਦੇ, ਚਲੋ ਹੁਣ ਦੇਖ ਲੈਂਦੇ ਹਾਂ, ਫਿਰ ਉਹ ਨਾਲ ਦੀ ਨਾਲ ਤੁਹਾਡਾ ਪ੍ਰਵਚਨ ਵੀ ਸੁਣ ਲਾਂਗੇ ਜੀ। ਔਰ ਬੀਬੀ ਨੇ ਗੱਡੀ ਸਾੜ ਦਿੱਤੀ ਹੈ ਅੰਮ੍ਰਿਤਸਰ ਦੇ ਵਿੱਚ ਔਰ ਅੱਗ ਲਾਈ ਹੈ, ਕਾਫ਼ੀ ਕੁਛ ਹੋਇਆ ਉਹਦੇ ਬਾਰੇ ਆਪਾਂ ਕਰਾਂਗੇ ਗੱਲ। ਹਾਂਜੀ ਅਮਨ ਜੀ, ਅੰਮ੍ਰਿਤਸਰ ਦੇ ਵਿੱਚ ਇਹ ਖ਼ਬਰ ਆਈ ਹੈ ਕਿ ਕਾਂਗਰਸੀ ਵਰਕਰੇ ਕਾਰ ਜਿਹੜੀ ਉਹ ਰੇੜੇ 'ਤੇ ਲੱਭ ਕੇ ਲੈ ਕੇ ਆਈ ਸੀ, ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦਾ ਜਿਹੜਾ ਲਗਾਤਾਰ ਭਾਅ ਵਧ ਰਿਹਾ 100 ਰੁਪਏ ਦੇ ਨੇੜੇ ਤੇੜੇ ਪਹੁੰਚਣ ਵਾਲਾ ਪੈਟਰੋਲ ਦਾ, ਤੇ ਉਹਦੇ ਮਗਰੇ ਮਗਰੇ ਉਹਦਾ ਹੱਥ ਫੜ ਕੇ ਡੀਜ਼ਲ ਵੀ ਤੁਰਿਆ ਆ ਰਿਹਾ, ਉਹਦੀ ਵਿਰੋਧਤਾ ਕੀਤੀ ਜਾ ਰਹੀ ਆ ਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਨਾਲ ਆਮ ਲੋੜਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਭਾਅ ਵੀ ਲਗਾਤਾਰ ਹੀ ਨਾਲ ਹੀ ਵੱਧਦੇ ਜਾ ਰਹੇ ਆ, ਹਰ ਇੱਕ ਚੀਜ਼ ਦੇ ਉੱਤੇ ਇਫੈਕਟ ਪੈ ਰਿਹਾ, ਪ੍ਰਭਾਵ ਪੈ ਰਿਹਾ, ਉਹਦੀ ਵਿਰੋਧਤਾ ਕੀਤੀ ਜਾ ਰਹੀ ਆ। ਪਿਛਲੀ ਵਾਰੀ ਭਾਜਪਾ ਵਾਲੇ ਕਰ ਰਹੇ ਸੀ, ਹੁਣ ਵਾਰੀ ਦਾ ਵੱਟਾ ਕਾਂਗਰਸੀ ਲਾ ਰਹੇ ਆ, ਤੇ ਅੰਮ੍ਰਿਤਸਰ ਦੇ ਵਿੱਚ ਰੇੜੇ ਦੇ ਉੱਤੇ ਲੱਭ ਕੇ ਲਿਆਏ ਸੀ ਕਾਰ ਜਿਹਨੂੰ ਕਾਂਗਰਸੀ ਵਰਕਰਾਂ ਨੇ ਅੱਗ ਦੇ ਹਵਾਲੇ ਕੀਤਾ। ਹੋਰ ਵੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਬਹੁਤ ਤਿੱਖਾ ਰੋਸ ਪ੍ਰਦਰਸ਼ਨ ਕੀਤਾ, ਧਰਨੇ ਵੀ ਮਾਰੇ ਆ। ਦਿੱਲੀ ਦੇ ਵਿੱਚ ਵੀ ਇਹਨਾਂ ਨੇ ਜਿਹੜੀ ਕੇਜਰੀਵਾਲ ਸਰਕਾਰ ਦੇ ਉੱਤੇ ਵੀ ਦੋਸ਼ ਲਾਏ ਆ ਕਾਂਗਰਸੀਆਂ ਨੇ ਕਿ ਮੋਦੀ ਸਰਕਾਰ ਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਜਿਹੜੀ ਆ ਇਹ ਮੋਟੇ ਮੋਟੇ ਟੈਕਸ ਲਾ ਰਹੀ ਹੈ ਲੋਕਾਂ ਦੇ ਉੱਤੇ, ਨਾਲ ਹੀ ਆਮ ਆਦਮੀ ਪਾਰਟੀ ਦੇ ਉੱਤੇ ਵੀ ਨਿਸ਼ਾਨਾ ਸਾਧਿਆ। ਸਾਰੇ ਦਾ ਸਾਰਾ ਸਾਰਾ ਕੁਝ ਉਹੀ ਹੈ ਕਿ ਜੇ ਗੈਰ ਸਿਆਸੀ ਤੇ ਦੁਨੀਆਂ 'ਚ ਕੁਝ ਵੀ ਨਹੀਂ ਹੁੰਦਾ, ਕਿ ਜੇ ਮਾੜੇ ਹਾਲਾਤ ਜਿਹੜੇ ਉਹ ਤੇ ਆਮ ਬੰਦੇ ਤੇ ਗਰੀਬ ਬੰਦੇ ਤੇ ਹੋ ਰਹੇ ਆ, ਸ਼ਾਇਦ ਵੱਡੇ ਲੀਡਰਾਂ ਨੂੰ ਇਹਦਾ ਕੋਈ ਬਹੁਤਾ ਫਰਕ ਨਹੀਂ ਪੈਂਦਾ। ਜਿਵੇਂ ਉਹ ਗੱਲ ਉਹ ਸਾਰਾ ਕਹਾਣਾ ਆ ਜਾਂਦਾ ਕਿ ਜੇ ਰੋਟੀ ਨਹੀਂ ਮਿਲਦੀ ਫਿਰ ਡਬਲ ਰੋਟੀ ਖਾ ਲੈਣ, ਲਾਲ ਮਿਰਚਾਂ ਮਹਿੰਗੀਆਂ ਵਿਕਦੀਆਂ ਫਿਰ ਜ਼ਿਮੀਦਾਰ ਲਾਲ ਮਿਰਚਾਂ ਬੀਜ ਲੈਣ, ਇਹੋ ਜਿਹਾ ਹਾਲ ਤਾਂ ਸਾਡੇ ਸਿਆਸਤਦਾਨਾਂ ਦਾ ਹੁੰਦਾ। ਇੱਥੇ ਆਮ ਬੰਦੇ ਲਈ ਤਾਂ ਕੋਈ ਵੀ ਨਹੀਂ ਕਰਦਾ, ਜਦੋਂ ਇਹਨਾਂ ਦੀ ਆਪਣੀ ਸਰਕਾਰ ਸੀ ਕਾਂਗਰਸ ਦੀ ਉਦੋਂ ਕਿਹੜਾ ਵੀ ਲੋਕ ਸੌਖੇ ਸੀ ਜੀ। ਪੰਜਾਬ ਦੇ ਸਰਕਾਰੀ ਸਕੂਲ ਦੇ ਵਿੱਚ ਦਾਰੂ ਦੀ ਭੱਠੀ, ਪੁਰਾਣੇ ਸਮੇਂ ਦੇ ਵਿੱਚ ਵੇਖੇ ਆ ਮਾਸਟਰ ਮਤਲਬ ਪੂਰਾ ਮਨੋਰੰਜਨ ਕਰਦੇ ਹੁੰਦੇ ਸੀਗੇ
छुट्टी होंगे वेखना अज गंढे गुंडे आ रहे हैं, हरिया मिर्चा भी आ रही, धनिया भी आ गया, कुछ मसाले मसूले भी आ गए, अज की होना पता लगना भी छोटे होंगे से ना नहीं समझ उदों सरक चलो वैसे उदों लोग भी चंगे सीगे, चलो ये करते सी मस्ती अपनी छुट्टी तो बाद। हाँ जी ते भी कोई किसी पिंडों आया, कोई किसी पिंडों आया, कोई किसी पिंडों आया, अद्धी छुट्टी सारी हो गई इन्होंने। वो जिहड़े पीएन हुंदे सी उन्होंने पूरी मतलब पता हुंदा सी भी अज मास्टर ने बहना रौनक मेला लगना, बच्चे घरों घर तुर गए है ना, तो फिर अपना कर लेंदे सी। पर आ पठी का काम तो थोड़ा जिहा औखा, भी की कहना चाहोगे? लॉकडाउन का फायदा लिया जी एक सरकारी मुलाजम ने, जिहड़ा सफाई मुलाजम आ सरकारी स्कूल दे विच, अमृतसर जिले का पिंड आ पंधेर कलां। अच्छा, लॉकडाउन करके स्कूल ते बंद पिया, कोई आवाजाही नहीं है, कोई चेक करन भी नहीं आया, ते उस चीज का इन्हें फायदा लिया, उसे स्कूल दे विच ही पट्ठी पट ली, इत्थे रख, ते उथो शराब बना के वेच भी रहा सी। जो रेड पई, जो पता लग्या पुलिस नूं रेड पई, पट्ठी चल रही सी ओ फड़ी, ते 7500 ml शराब भी फड़ी आ, ते 250 किलो लान भी फड़ी। 7500 भाजी वाह क्या बात है, 100 बोतलां ही हो गईयां। किन्ने देर तो जदों तो लॉकडाउन काफी देर, काफी टाइम हो गया, पर ए भी आ कि बहुत सारे स्कूल तो खुले भी आ, ਉਥੇ ਸਰਕਾਰੀ ਮੁਲਾਜ਼ਮ ਜਿਹੜੇ ਨੇ ਸਕੂਲ ਦੇ ਜ਼ਿੰਮੇਵਾਰ ਅਧਿਕਾਰੀ ਨੇ ਉਹ ਆਉਂਦੇ ਜਾਂਦੇ ਨੇ, ਪਤਾ ਨਹੀਂ ਇਹ ਸਕੂਲ ਜਾਂ ਤੇ ਇਹੋ ਜਿਹੇ ਇਲਾਕੇ ਦੇ ਵਿੱਚ ਹੋਣਾ ਜਿੱਥੇ ਕੋਈ ਆਵਾਜਾਈ ਜਾਂ ਕੋਈ ਰੇਡ ਪੈਣ ਦੀ ਕੋਈ ਜਾਂਚ ਹੋਣ ਦੇ ਕੋਈ ਹੋਣੀ ਨਾ, ਬਸ ਇੱਦਾਂ ਕੋਈ ਆਸ ਹੀ ਨਾ ਹੋਵੇ, ਇਸ ਕਰਕੇ ਕੋਈ ਮਾਸਟਰ ਉੱਥੇ ਨਾ ਪਹੁੰਚ ਰਿਹਾ ਹੋਵੇ, ਕੋਈ ਕਲਰਕ ਉੱਥੇ ਨਾ ਪਹੁੰਚ ਰਿਹਾ ਹੋਵੇ। ਸ਼ੁਕਰ ਕਰੋ ਭਈ ਸਰਕਾਰੀ ਉਹ ਜਿਹੜਾ ਤੁਸੀਂ ਕਹਿ ਲਓ ਕਿ 4 ਦਰਜੇ ਦਾ ਸੀਗਾ, ਜੇ ਮਾਸਟਰ ਫੜਿਆ ਜਾਂਦਾ ਤਾਂ ਲੋਕਾਂ ਨੇ ਕਹਿਣਾ ਸੀਗਾ ਵੀ ਹੁਣ ਘਰ ਦੀ ਦਾਰੂ ਕੱਢਣ ਦੀ ਟ੍ਰੇਨਿੰਗ ਵੀ ਸਕੂਲਾਂ ਦੇ ਵਿੱਚ ਜਿਹੜੀ ਹੈ ਉਹ ਐਜੂਕੇਸ਼ਨ ਮਾਸਟਰ ਦਿੰਦੇ ਨੇ। ਬਹੁਤ ਬਹੁਤ ਸ਼ੁਕਰੀਆ ਅਮਨ ਜੀ, ਸ਼ਾਮ ਨੂੰ ਮਿਲਦੇ ਹਾਂ, ਰੱਬ ਰਾਖਾ ਜੀ, ਸ਼ੁਕਰੀਆ, ਸਤਿ ਸ੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।